ਸ਼ਰਧਾ ਨਾਲ ਜੇ ਰਹੇ ਨਿਸ਼ਾਨ ਲੱਗਾ, ਕਿਹੜਾ ਕੰਮ ਜੋ ਉਸ ਦਾ ਨਾ ਹੋਵੇ। ਪਿੱਛੇ ਭਗਤਾਂ ਦੇ ਫਿਰੇ ਭਗਵਾਨ ਭੱਜਾ, ਮਗਰ ਵਛੜੂ ਜਿਸ ਰਾਗਾ ਹੋਵੇ। ਇੱਕ ਘੜੀ ਤੇ ਮਿੰਟ ਨਾ ਜੁਦਾ ਹੁੰਦਾ, ਪੁੱਤ ਨਾਲੋਂ ਨਾ ਜਿਸ ਰਾਮਾ ਹੋਵੇ। ਪਾਣੀ ਪਾਈਏ ਜਿਸ ਦਰਖਤ ਨੂੰ ਨੇਕ ਦਿਲ ਨਾ, ਠੰਡੀ ਕਿਉਂ ਨਾ ਉਸ ਦੀ ਛਾਂ ਹੋਵੇ। ਠੰਡੀ ਕਿਉਂ ਨਾ ਉਸ ਦੀ ਛਾਂ ਹੋਵੇ। ਇਹ ਦਰ ਹੈ ਓਟ ਨਿਓਟਿਆਂ ਦੀ, ਇਹ ਤੇ ਆਸਾ ਹੈ ਦਿਲਾਂ ਨਰਾਸਿਆਂ ਦੀ। ਤੇਰੇ ਚਰਨਾਂ ਤੇ ਝੁੱਕ ਕੇ ਹਰ ਵੇਲੇ ਟੈਕੇ ਆਤਮਾ ਦਿਲਾਂ ਉਦਾਸਿਆਂ ਦੀ। ਤੇਰੇ ਅੰਮ੍ਰਿਤ ਦੇ ਕੁੰਡ ਚੋਂ ਸਦਾ ਦਾਤਾ, ਮਿਟਦੀ ਰਹੇ ਪਿਆਸ ਪਿਆਸਿਆਂ ਦੀ। ਤੇਰੇ ਦਰ ਤੇ ਆਣ ਕੇ ਡਿੱਗਿਆ ਹਾਂ, ਆਸਾ ਲਾ ਕੇ ਸਾਰਿਆਂ ਪਾਸਿਆਂ ਦੀ, ਆਸਾ ਲਾ ਕੇ ਸਾਰਿਆਂ ਪਾਸਿਆਂ ਦੀ। ਦਰ ਬਾਬਾ ਬੁੱਢਾ ਸਾਹਿਬ ਦੇ ਜੋ ਵੀ ਸ਼ਰਦਾ ਪਿਆਰ ਨਾਲ ਆਵੇ, ਮਾਨੀ ਸ਼ਿਫਲ ਪਾਵਦਾ ਕਿਸ ਗੱਲ ਦੀ ਤੋਟ ਨਾ ਆਵੇ। ਦਰ ਬਾਬੇ ਬੁੱਢੇ ਦਾ ਉੱਚਾ ਨਾਲ ਰਹਿਮਤਾਂ ਦੇ ਭਰੇ ਨੇ ਭੰਡਾਰੇ, ਦਰ ਬਾਬੇ ਬੁੱਢੇ ਦਾ ਉੱਚਾ ਨਾਲ ਰਹਿਮਤਾਂ ਦੇ ਭਰੇ ਨੇ ਭੰਡਾਰੇ। ਸੇਵਾ ਕਰ ਗੁਰੂ ਘਰ ਦੀ ਲੈ ਵਾਰਸੀ ਗੁਰਾਂ ਤੂੰ ਪਾਰੇ, ਸੇਵਾ ਕਰ ਗੁਰੂ ਘਰ ਦੀ ਲੈ ਵਾਰਸੀ ਗੁਰਾਂ ਦੇ ਕੋਲੋਂ ਪਾਰੇ। ਓਲੇ ਨਾਹੀਂ ਹੋਵਾਂ ਤੇਰੇ ਤੂੰ ਗੁਰੂ ਨਾਨਕ ਜੀ ਮੁਖ ਚੋਂ ਸਲਾਵੇ। ਦਰ ਬਾਬਾ ਬੁੱਢਾ ਸਾਹਿਬ ਦੇ ਜੋ ਵੀ ਸ਼ਰਦਾ ਪਿਆਰ ਨਾਲ ਆਵੇ, ਮਾਨੀ ਸ਼ਿਫਲ ਪਾਵਦਾ ਕਿਸ ਗੱਲ ਦੀ ਤੋਟ ਨਾ, ਗੱਲ ਦੀ ਤੋਟ ਨਾ ਆਵੇ। ਕੀਤੇ ਜਾਂਦਾ ਰਸ਼ ਗੁਰਾਂ ਦੇ ਨਾਮ ਬਾਣੀ ਵਿੱਚ ਸੁਰਤੀ ਟਿਕਾਈ, ਕੀਤੇ ਜਾਂਦਾ ਰਸ਼ ਗੁਰਾਂ ਦੇ ਨਾਮ ਬਾਣੀ ਵਿੱਚ ਸੁਰਤੀ ਟਿਕਾਈ। ਮੂਰਤ ਪਿਆਰ ਵਾਲੀ ਨੇ ਮੂਰਤ ਪਿਆਰ ਵਾਲੀ ਨੇ ਸੇਵਾ ਕਰਕੇ ਪਰਮ ਗਤ ਪਾਈ, ਮੂਰਤ ਪਿਆਰ ਵਾਲੀ ਨੇ ਸੇਵਾ ਕਰਕੇ ਪਰਮ ਗਤ ਪਾਈ। ਮਿਲਣ ਮੁਰਾਦਾ ਉਸ ਨੂੰ ਮਨ ਚਿੱਤ ਲਾ ਕੇ ਨਾਮ ਜੋਤ ਆਵੇ। ਦਰ ਬਾਬਾ ਬੁੱਢਾ ਸਾਹਿਬ ਦੇ ਜੋ ਵੀ ਸ਼ਰਦਾ ਪਿਆਰ ਨਾਲ ਆਵੇ, ਮਾਨੀ ਸ਼ਿਫਲ ਪਾਵਦਾ ਕਿਸੇ ਗੱਲ ਦੀ ਤੋਟ ਨਾ ਆਵੇ। ਨਾਮ ਵਿੱਚ ਰੰਗੀ ਆਤਮਾ ਬਾਣੀ ਪੜਦੇ ਤੇ ਸੇਵਾਰੇ ਕਮਾਉਂਦੇ, ਨਾਮ ਵਿੱਚ ਰੰਗੀ ਆਤਮਾ ਬਾਣੀ ਪੜਦੇ ਤੇ ਸੇਵਾਰੇ ਕਮਾਉਂਦੇ। ਕਦੇ ਸਿਰ ਚੁੱਕ ਟੋਕਰੀ ਕਦੇ ਚੌਰ ਗ੍ਰੰਥ ਸਾਹਿਬ ਤੇ ਚਲਾਉਂਦੇ,
ਕਦੇ ਸਿਰ ਚੁੱਕ ਟੋਕਰੀ ਕਦੇ ਚੌਰ ਗ੍ਰੰਥ ਸਾਹਿਬ ਤੇ ਚਲਾਉਂਦੇ ਰੋਗ ਕੱਟਤਾ ਵਜ਼ੀਰ ਦਾ ਜਿਹੜਾ ਦੁੱਖ ਵਿੱਚ ਕੀਰਨੇ ਪਾਵੇ ਬਾਰੇ ਬਾਬਾ ਬੁੱਢਾ ਸਾਹਿਬ ਦੇ ਜੋ ਵੀ ਸ਼ਾਰਦਾ ਪਿਆਰ ਨਾਲ ਆਵੇ ਮਾਨੀਸ਼ ਫਲ ਪਾਵਦਾ ਕਿਸ ਗੱਲ ਦੀ ਤੋਟ ਨਾ ਗੱਲ ਦੀ ਤੋਟ ਨਾ ਆਵੇ ਪੁੱਤਰ ਦਾ ਵਾਰ ਲੈਣ ਨੂੰ ਪੁੱਤਰ ਦਾ ਵਾਰ ਲੈਣ ਨੂੰ ਮਾਤਾ ਗੰਗਾ ਚੱਲ ਬੀੜ ਵਿੱਚ ਆਈ ਪੁੱਤਰ ਦਾ ਵਾਰ ਲੈਣ ਨੂੰ ਮਾਤਾ ਗੰਗਾ ਚੱਲ ਬੀੜ ਵਿੱਚ ਆਈ ਪੁੱਤਰ ਦਾ ਵਾਰ ਲੈਣ ਨੂੰ ਮਾਤਾ ਗੰਗਾ ਚੱਲ ਬੀੜ ਵਿੱਚ ਆਈ ਨੰਗੇ ਪੈਰ ਜਾਣਾ ਚੱਲ ਕੇ ਸਾਰੀ ਜੁਗਤੀ ਸੀ ਗੁਰਾਂ ਸਮਝਾਈ ਨੰਗੇ ਪੈਰ ਜਾਣਾ ਚੱਲ ਕੇ ਸਾਰੀ ਜੁਗਤੀ ਸੀ ਗੁਰਾਂ ਸਮਝਾਈ ਗੰਡਾ ਪਨ ਕਿਆ ਬਾਬਾ ਜੀ ਪੋਤੂ ਜਿਹੜਾ ਜ਼ੁਲਮ ਮਕਾਵੇ ਸਾਰ ਬਾਬਾ ਬੁੱਢਾ ਸਾਹਿਬ ਦੇ ਜੋ ਵੀ ਸ਼ਾਰਦਾ ਪਿਆਰ ਨਾਲ ਆਵੇ ਮਾਨੀਸ਼ ਫਲ ਪਾਵਦਾ ਕਿਸੇ ਗੱਲ ਦੀ ਤੋਟ ਨਾ ਆਵੇ ਬਾਬਾ ਜੀ ਦੀ ਯਾਦ ਵਿੱਚ ਹੈ ਬਾਬਾ ਜੀ ਦੀ ਯਾਦ ਵਿੱਚ ਹੈ ਬੀੜ ਸਾਹਿਬ ਰਾਮਦਾਸ ਕੱਥੂ ਨੰਗਲਾ ਬਾਬਾ ਜੀ ਦੀ ਯਾਦ ਵਿੱਚ ਹੈ ਬੀੜ ਸਾਹਿਬ ਰਾਮਦਾਸ ਕੱਥੂ ਨੰਗਲਾ ਦੁੱਧ ਪੁੱਤ ਮਿਲੇ ਦਰ ਤੋਂ ਦੁੱਧ ਪੁੱਤ ਮਿਲੇ ਦਰ ਤੋਂ ਲੱਗ ਜਾਂਦੇ ਘਰ ਖੁਸ਼ੀਆਂ ਦੇ ਮੰਗਲ ਦੁੱਧ ਪੁੱਤ ਮਿਲੇ ਦਰ ਤੋਂ ਲੱਗ ਜਾਂਦੇ ਘਰ ਖੁਸ਼ੀਆਂ ਦੇ ਮੰਗਲ ਦੁੱਧ ਪੁੱਤ ਮਿਲੇ ਦਰ ਤੋਂ ਲੱਗ ਜਾਂਦੇ ਘਰ ਖੁਸ਼ੀਆਂ ਦੇ ਮੰਗਲ ਸੁੱਖ ਸੋਭਾ ਮਿਲੇ ਉਸ ਨੂੰ ਜਿਹੜਾ ਨੇਤਾ ਨਾਲ ਸੀਸ ਨਵਾਵੇ ਸਾਰੇ ਬਾਬਾ ਬੁੱਢਾ ਸਾਹਿਬ ਦੇ ਜੋ ਵੀ ਸ਼ਾਰਦਾ ਪਿਆਰ ਨਾਲ ਆਵੇ ਮਾਨੀਸ਼ ਫਲ ਪਾਵਦਾ ਕਿਸੇ ਗੱਲ ਦੀ ਤੋਟ ਨਾ ਗੱਲ ਦੀ ਤੋਟ ਨਾ ਆਵੇ ਪੈਣਾ ਤਾਂ ਹੀ ਵੀਰ ਮਿਲਦੇ ਪੁੱਤ ਮਿਲਦੇ ਨ ਪੁੱਤੀਆਂ ਜੋ ਮਾਵਾਂ ਤਾਂ ਹੀ ਵੀਰ ਮਿਲਦੇ ਪੁੱਤ ਮਿਲਦੇ ਨ ਪੁੱਤੀਆਂ ਜੋ ਮਾਵਾਂ ਸੁਬਾ ਦਰਬਾਰ ਤੇਰੇ ਦੀ ਦਰਬਾਰ ਤੇਰੇ ਦੀ ਬਾਬਾ ਕਿਹੜੀ ਕਿਹੜੀ ਲਿਖ ਕੇ ਸੁਣਾਵਾਂ ਸੁਬਾ ਦਰਬਾਰ ਤੇਰੇ ਦੀ ਬਾਬਾ ਕਿਹੜੀ ਕਿਹੜੀ ਲਿਖ ਕੇ ਸੁਣਾਵਾਂ ਲਿਖੇ ਰਣਜੀਤ ਉਪਮਾ ਜੋੜੀ ਸੰਧੂਆਂ ਦੀ ਸੰਗਤਾਂ ਚ ਗਾਵੇ ਬਾਰ ਬਾਬਾ ਬੁੱਢਾ ਸਾਹਿਬ ਦੇ ਜੋ ਵੀ ਸ਼ਰਦਾ ਪਿਆਰ ਨਾਲ ਆਵੇ ਮਾਨੀਸ਼ ਫਲ ਪਾਵਦਾ ਕਿਸ ਗੱਲ ਦੀ ਤੋਟ ਨਾ ਗੱਲ ਦੀ ਤੋਟ ਨਾ ਗੱਲ ਦੀ ਤੋਟ ਨਾ ਆਵੇ ਪਰਮ ਪੂਜਨੀ ਗੁਰੂ ਸਰੂਪ ਖਾਲਸਾ ਜੀਓ ਸਭ ਤੋਂ ਪਹਿਲਾਂ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਦੇ ਸਿਮਰਨ ਨਾਲ ਹਾਜ਼ਰੀ ਪ੍ਰਵਾਨ ਕਰੋ ਅਦਬ ਸਤਿਕਾਰ ਸਹਿਤ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦੀਵਾਨ ਵਿੱਚ ਸਿੱਖ ਸੰਗਤਾਂ ਦੇ ਪਿਆਰ ਸਦਕਾ ਅਤੇ MMC ਕੰਪਨੀ ਦੇ ਉੱਦਮ ਨਾਲ ਕਵੀ ਸ਼੍ਰੀ ਰਣਜੀਤ ਸਿੰਘ ਮੱਖਣਵਿੰਡੀ ਸਾਥੀ ਭੁਪਿੰਦਰ ਸਿੰਘ ਅਤੇ ਜੋਗਿੰਦਰ ਸਿੰਘ ਦੇਰ ਸਾਹਿਬ ਵਾਲੇ ਇੱਕ ਮਹਾਨ ਅਤੇ ਪਵਿੱਤਰ ਆਤਮਾ ਸੇਵਾ ਸਿਮਰਨ ਸਿਦਕ ਸੰਤੋਖ ਦਇਆ ਦੀ ਮੂਰਤ ਜਿਨ੍ਹਾਂ ਨੇ 8 ਗੁਰੂਆਂ ਦੇ ਦਰਸ਼ਨ ਕੀਤੇ 6 ਗੁਰੂਆਂ ਦੀ ਟਹਿਲ ਸੇਵਾ ਵਿੱਚ ਰਹੇ 5 ਗੁਰੂਆਂ ਨੂੰ ਆਪਣੇ ਪਵਿੱਤਰ ਹੱਥਾਂ ਨਾਲ ਗੁਰਤਾ ਗੱਦੀ 'ਤੇ ਬਹਾ ਕੇ ਤਿਲਕ ਦਿੱਤਾ ਬ੍ਰਹਮ ਗਿਆਨੀ ਪੁੱਤਰਾਂ ਦੇ ਦਾਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦੀ ਬਾਬਤ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ ਬੁੜਾ ਬੁੱਢਾ ਇੱਕ ਮਨ ਧਿਆਵੈ ਕਾਲ ਫਾਸ ਕੇ ਵਿੱਚ ਨਾ ਆਵੇ ਭਾਵ ਬਾਬਾ ਜੀ ਨੇ ਪ੍ਰਭੂ ਭਗਤੀ ਕਰਕੇ ਲੋਕ ਸੁਖੀਏ ਪਰਲੋਕ ਸਹੇਲੇ ਕਰ ਲਏ ਇੱਥੇ ਮੁੱਖ ਉਜਲੇ ਸੱਚੀ ਦਰਗਾਹ ਵਿੱਚ ਪ੍ਰਵਾਨ ਹੋਏ ਮੇਰੇ ਗੁਰਦੇਵ ਲਿਖਦੇ ਨੇ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਨ ਪਾਈਏ
सेवा करत हुए ने कामी, तुसको होत प्राप्त स्वामी। बाबा जी किवें सिखी विच कुतुब सितारा बन के चमके, साखी इथों आरंभ है। श्री अमृतसर तो 15 किलोमीटर की दूरी ते एक पिंड कथू नंगल आउंदा है। इत्थे एक सुभागी जोड़ी रह रही सी जिन्हां दा नाम सत्कारयोग भाई सुग्गा जी रंधावा अते सत्कारयोग माता गौरां जी, जो बड़े पूजनीक रब की बंदगी वाले, हक सच की किरत करना, नाम जपना, वंड के छकना, आए गए राहगीर मुसाफर की सेवा करनी, इन्हां दा नित दा करम सी। कादर दे कार कीती होई लोक सेवा प्रवान होई, कुदरत राणी मेहरबान होई। 22 अक्टूबर 1506 ईस्वी नूं सत कतक संमत 1563 महान कोश मुताबक परमेश्वर ने एक लाल बख्शिया। मेरे गुरदेव कहिंदे ने, गोरी सेती टुटे पुतार, पुत्ती गंढ पवे संसार। पुत्तां नाल संसार ते सांझ पैंदी है। पुत्र चाहे अमीर दे घर पैदा होवे, चाहे गरीब दे घर पैदा होवे, दिल विच चा खुशियां उमंगां इको जिहियां हुंदियां ने। सियाणे दा कथन है, पुत जमे ते घर विच चानण हो जांदा है, विहड़े विचों मिठियां मिठियां प्यार दियां महकां उठदियां ने। बालक बूढ़ा जी दे जन्म ते किवें खुशियां दे रंग बजे, रौनकां लगियां। गरीबां अनाथां नूं पुन दान कीता गया। साख संबंधी आंढ गवांढी चाचियां ताइयां ने भाई सुग्गा जी अते माता गौरां जी नूं किवें वधाइयां दित्तियां। कवि श्री साहिब ने हे क्यों करता है, सन 1563 सी सत कत्ते आया, कुदरत होई मेहरबान रब पाग लगाया। दुठा सच्चा पातशाह जिस दियां वडियाईयां, पिता सुगे मां गौरां नूं लोकी देण वधाइयां। सन 1563 सी सत कत्ते आया, कुदरत होई मेहरबान रब पाग लगाया। तुठा सच्चा पातशाह जिस दियां वडियाईयां, पिता सुगे मां गौरां नूं लोकी देण वधाइयां। मन नूं मोहणी सूरत सी साब दा मन मोहंदी, दर्शन करके बाल दे दाई खुशी मनाउंदी। खुशियां दे विच गूंजियां हर थां शहनाइयां, पिता सुगे मां गौरां नूं लोकी देण वधाइयां। ओ पिता सुगा दी खुशी विच वंड रे सी मोरां, पिता सुगारी खुशी विच वांडा रे सी मोरा। जांदी लख लख वार में, ओ जांदी लख लख वार में, पुत तू मांगौरा। ओ घर विच चानण पुत दा होइयां रुशनाइयां, पिता सुगे मांगौरा नूं लोकी देण वधाइयां। सुंदर सडौल शरीर सी अखां विच मस्ती, चेहरा डलका मारदा कोई अगमी हस्ती। कुल आल मने करनिया जिस दियां वडियाईयां, पिता सुगे मां गौरां नूं लोकी देण वधाइयां। नाल सी अंग साक दे रे वधाइयां, खुशी मनावण राल के सब चाचियां ताइयां। कीती मेहर परमात्मा शुभ घड़ियां आईयां, पिता सुगे मां गौरां नूं लोकी देण वधाइयां। नाल संसार ते रंग रौनक मेले, सुन्ने मैल डरावंदे जिते पुत ना खेले। ओ जो बसंत बहार विच कलियां खिलियाईयां, जो बसंत बहार विच कलियां खिलियाईयां, पिता सुगे मां गौरां नूं लोकी देण वधाइयां। बूढ़ा ना सी रखिया, ए बूढ़ा
ਨਾ ਸੀ ਰੱਖਿਆ ਮਾਪਿਆਂ ਨੇ ਪਿਆਰਾ ਚਮਕ ਵਿੱਚ ਇਤਿਹਾਸ ਦੇ ਬਣ ਕੁਤਬ ਸਤਾਰਾ ਵਾਰਾਂ ਲਿਖ ਰਣਜੀਤ ਨੇ ਸੰਗਤਾਂ ਵਿੱਚ ਗਾਈਆਂ ਪਿਤਾ ਸੁਗੇ ਮਾਂ ਗੌਰਾਂ ਨੂੰ ਲੋਕੀ ਦੇਣ ਵਧਾਈਆਂ ਪਿਤਾ ਸੁਗੇ ਮਾਂ ਗੌਰਾਂ ਨੂੰ ਲੋਕੀ ਦੇਣ ਵਧਾਈਆਂ ਬਾਲਕ ਦਾ ਨਾਂ ਬੂੜਾ ਰੱਖਿਆ ਮਾਪਿਆਂ ਨੇ ਬੜੇ ਚਾਵਾਂ ਮਲਾਰਾਂ ਸਦਨ ਨਾਲ ਪਰਵਰਿਸ਼ ਕਰਨੀ ਸ਼ੁਰੂ ਕੀਤੀ ਬੂੜਾ ਜੀ 12-13 ਸਾਲਾਂ ਦੇ ਹੋਏ ਇਹ ਨਿਰੰਕਾਰ ਦੀ ਜੋਤ ਜ਼ਾਹਰ ਪੀਰ ਜਗਤ ਗੁਰ ਬਾਬਾ ਆਪ ਨਰਾਇਣ ਕਲਾ ਧਾਰ ਜਗਮੇ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ 1518 ਈਸਵੀ ਵਿੱਚ ਅਹਿਮਦ ਸ਼ਾਹ ਬਟਾਲਵੀ ਦੀ ਲਿਖਤ ਮੁਤਾਬਕ ਸ਼੍ਰੀ ਅੰਮ੍ਰਿਤਸਰ ਜੀ ਦੇ ਆਸ ਪਾਸ ਪਿੰਡਾਂ ਵਿੱਚ ਪਰਮੇਸ਼ੁਰ ਦਾ ਪੈਗਾਮ ਭੁੱਲੀ ਹੋਈ ਮਨੁੱਖਤਾ ਨੂੰ ਦੇਣ ਲਈ ਵਿਚਰ ਰਹੇ ਸਨ ਇੱਕ ਜਾੜ ਬੀਆਬਾਨ ਜੰਗਲ ਵਿੱਚ ਡੇਰਾ ਕੀਤਾ ਗੁਰੂ ਜੀ ਸਮਾਧੀ ਲੀਨ ਹੋਏ ਮਰਦਾਨਾ ਜੀ ਨੇ ਰਬਾਬ ਦੀ ਤਾਰ 'ਤੇ ਪੋਟਾ ਮਾਰਿਆ ਕੀਰਤਨ ਦੀ ਧੁੰਨ ਛਿੜੀ ਚਾਰ ਚੁਫੇਰੇ ਸੁਨਸ਼ਾਨ ਹੋ ਗਈ ਅੰਬਰ ਵਿੱਚ ਬੱਦਲ ਛਾਹੇ ਨਿੱਕੀ ਨਿੱਕੀ ਬੂੰਦਾ ਬਾਂਦੀ ਹੋਈ ਮੋਹਰਾਂ ਪਹਿਲਾਂ ਪਾਈਆਂ ਬਬੀਹੇ ਬੋਲੇ ਅੰਮ੍ਰਿਤਮਈ ਬਾਣੀ ਸੁਣ ਕੇ ਸਾਰੀ ਕਾਇਨਾਤ ਮਗਨ ਹੋ ਗਈ ਮਰਦਾਨਾ ਜੀ ਦੀ ਰਬਾਬ ਨੂੰ ਇੱਕ ਪ੍ਰਣਾਮ ਹੈ ਜਿਸ ਨੇ ਤੁਰਕੀ ਬਾਣੀ ਇਲਾਹੀ ਬਾਣੀ ਖਸਮ ਕੀ ਬਾਣੀ ਸੱਚ ਕੀ ਬਾਣੀ ਦਾ ਰਸ ਭਿੰਨਾ ਕੀਰਤਨ ਗੁਰੂ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਕੀਤਾ ਜਿਸ ਦੀ ਮਿੱਠੀ ਸੁਰ ਨੇ ਚੋਰਾਂ ਨੂੰ ਧਰਮੀ ਠੱਗਾਂ ਨੂੰ ਸੱਜਣ ਬਣਾਇਆ ਪਾਪੀਆਂ ਦੇ ਪਾਪ ਕੱਟੇ ਰਾਖਸ਼ਾਂ ਨੂੰ ਦੇਵਤੇ ਬਣਾਇਆ ਵਲੀਆਂ ਦਾ ਮਾਣ ਤੋੜਿਆ ਪਰਮੇਸ਼ੁਰ ਦੇ ਨਾਲ ਜੋੜਿਆ ਸਤਨਾਮ ਦਾ ਜਾਪ ਕਰਕੇ ਦੁੱਖਾਂ ਵਿੱਚ ਸੜਦੀ ਲਕਾਈ ਨੂੰ ਕਿਵੇਂ ਠਾਰਿਆ ਗੁਰਨਾਮ ਸਿੰਘਰਤ ਤੇ ਗੁੱਦੇ ਦੀ ਰਚਨਾ ਪੇਸ਼ ਹੈ ਕਿਉਂ ਕੀਤੀ ਜਾ ਰਹੀ ਹੈ ਸੁਣੀ ਦਾਰ ਬਾਬ ਮਿੱਠੀ ਕਿਨਰੇ ਗੰਦਾਰ ਬਾਣੇ ਪੱਥਰਾਂ ਨੂੰ ਮੂੰਹ ਮਕਾਰੀ ਜਾਵੇ ਨਾਰਦ ਜੇ ਲੋਕ ਜਿਹੜੇ ਕਰਦੇ ਸ਼ਤਾਨੀਆਂ ਨੇ ਨੇਕ ਦਿਲੀ ਸੋਚ ਸਮਝਾਵੇ ਨੇਕ ਦਿਲੀ ਸੋਚ ਸਮਝਾਵੇ ਪੋਟਿਆਂ ਦਾ ਨਾਚ ਹੁੰਦਾ ਸਾਹਿਬ ਜੀ ਉਚਾਰੀ ਜਾਂਦੇ ਤੁਰ ਦਰਗਾਹੋਂ ਬਾਣੀ ਆਉਂਦੀ ਸਤਨਾਮ ਸਤਨਾਮ ਬੋਲਦੀ ਰਬਾਬ ਉਹਦੀ ਤਪਦੇ ਦਿਲਾਂ ਨੂੰ ਠੰਡ ਪਾਉਂਦੀ ਤਪਦੇ ਦਿਲਾਂ ਨੂੰ ਠੰਡ ਪਾਉਂਦੀ ਸਾਧੂਆਂ ਦੇ ਟੋਲੇ ਆਉਂਦੇ ਸਾਧੂਆਂ ਦੇ ਟੋਲੇ ਆਉਂਦੇ ਧੁਨਾ ਸੁਣ ਲਈ ਨਾ ਹੁੰਦੇ ਸਾਹਿਬ ਉਦੋਂ ਜਾਂਦੇ ਬਲਹਾਰੀ ਕਈ ਤਾਂ ਸਮਾਧੀ ਲਾ ਕੇ ਕਈ ਤਾਂ ਸਮਾਧੀ ਲਾ ਕੇ ਲੀਨ ਹੋ ਕੇ ਬੈਠ ਜਾਂਦੇ ਦੱਸਾਂ ਕੀ ਮੈਂ ਸੋਚ ਸੀ ਨਿਆਰੀ ਦੱਸਾਂ ਕੀ ਮੈਂ ਸੋਚ ਸੀ ਨਿਆਰੀ ਅਸੀਂ ਸੰਸਾਰੀ ਹਾਂ ਰਮਜ ਤੇਰੀ ਜਾਣ ਦੇ ਨਾ ਕਰਦੇ ਹੋ ਜਿਹੜੀ ਮਨ ਪਾਉਂਦੀ ਸਤਨਾਮ ਸਤਨਾਮ ਬੋਲਦੀ ਰਬਾਬ ਉਹਦੀ ਤਪਦੇ ਦਿਲਾਂ ਨੂੰ ਠੰਡ ਪਾਉਂਦੀ ਤਪਦੇ ਦਿਲਾਂ ਨੂੰ ਠੰਡ ਪਾਉਂਦੀ ਕਿੱਥੋਂ ਇਹ ਰਬਾਬ ਆਈ ਕਿੱਥੇ ਇੰਨੀ ਬੈਠ ਸਿੱਖੀਏ ਕਿੱਥੋਂ ਇਹ ਰਬਾਬ ਆਈ ਕਿੱਥੇ ਇੰਨੀ ਬੈਠ ਸਿੱਖੀ ਕਿਤੋਂ ਜੇ ਲਿਆਂਦਾ ਕਲਾਕਾਰ ਨੂੰ ਜੰਗਲਾਂ ਦੇ ਵਿੱਚ ਜੀ ਮੰਗਲ ਪਲਾਂ ਵਿੱਚ ਲਾਉਂਦੇ ਵੰਡੀ ਜਾਂਦੇ ਰਾਗ ਸੰਸਾਰ ਨੂੰ ਵੰਡੀ ਜਾਂਦੇ ਰਾਗ ਸੰਸਾਰ ਨੂੰ ਗੁਰੂ ਜੀ ਦਾ ਰੂਪ ਜਿਹੜੀ ਆਖਦੀ ਹੈ ਸਾਰਿਆਂ ਨੂੰ ਪਿਆਰ ਨਾਲ ਜੂਣਾ ਉਹ ਸਿਖਾਉਂਦੀ ਸਤਨਾਮ ਸਤਨਾਮ ਬੋਲਦੀ ਰਬਾਬ ਉਹਦੀ ਤਪਦੇ ਦਿਲਾਂ ਨੂੰ ਠੰਡ ਪਾਉਂਦੀ ਤਪਦੇ ਦਿਲਾਂ ਨੂੰ ਠੰਡ ਪਾਉਂਦੀ
ਰਾਕਸ਼ਾਂ ਦੇ ਮਨ ਤੋੜੇ ਪਿਆਰਿਆਂ ਦੇ ਨਾਲ ਜੋੜੇ ਕਈ ਵੇਖੇ ਕੌਤਕ ਕਮਾਲ ਦੇ ਠੱਗਾਂ ਨੂੰ ਸਭ ਇੱਕ ਦੇਵੇ ਨੇਕਿਆਂ ਨਿਸ਼ਾਨ ਬਾਣੋ ਕੱਟੀ ਜਾਵੇ ਫੰਦ ਲੋਭ ਜਾਲ ਦੇ ਕੱਟੀ ਜਾਵੇ ਫੰਦ ਲੋਭ ਜਾਲ ਦੇ ਖੇਮੀ ਨੂੰ ਤਰਕ ਮਾਰੀ ਸੱਜਣ ਨੂੰ ਭੁੱਲ ਬੈਠੀ ਖੇਮੀ ਨੂੰ ਤਰਕ ਮਾਰੀ ਸੱਜਣ ਨੂੰ ਭੁੱਲ ਬੈਠੀ ਦਿਲ ਵਿੱਚ ਬਹੁਤ ਪਛਤਾਉਂਦੀ ਸਤਨਾਮ ਸਤਨਾਮ ਬੋਲਦੀ ਰਬਾਬ ਉਹਦੀ ਤਪਦੇ ਦਿਲਾਂ ਨੂੰ ਠੰਡ ਪਾਉਂਦੀ ਤਪਦੇ ਦਿਲਾਂ ਨੂੰ ਠੰਡ ਪਾਉਂਦੀ ਅੰਮ੍ਰਿਤ ਵੇਲੇ ਜਦ ਛੇੜਦੇ ਰਬਾਬ ਤਾਈ ਅੰਮ੍ਰਿਤ ਵੇਲੇ ਜਦੋਂ ਛੇੜਦੇ ਰਬਾਬ ਤਾਈ ਕਰਦੇ ਸੀ ਜਾਦ ਨਿਰੰਕਾਰ ਨੂੰ ਖੁੱਲ ਜਾਂਦਾ ਸੁਰਾਂ ਦਾ ਭੰਡਾਰਾ ਫਿਰ ਜਾਪਦਾ ਸੀ ਨਾਲੇ ਖੁਸ਼ ਕਰੀ ਜਾਂਦੇ ਯਾਰ ਨੂੰ ਨਾਲੇ ਖੁਸ਼ ਕਰੀ ਜਾਂਦੇ ਯਾਰ ਨੂੰ ਸੁੱਚਿਆਂ ਰਮਾਲਾਂ ਵਿੱਚ ਸਾਂਭ ਮਰਦਾਨਾ ਰੱਖੇ ਮਾਣ ਸੰਸਾਰ ਵਿੱਚ ਪਾਉਂਦੀ ਸਤਨਾਮ ਸਤਨਾਮ ਬੋਲਦੀ ਰਬਾਬ ਉਹਦੀ ਤਪਦੇ ਦਿਲਾਂ ਨੂੰ ਠੰਡ ਪਾਉਂਦੀ ਤਪਦੇ ਦਿਲਾਂ ਨੂੰ ਠੰਡ ਪਾਉਂਦੀ ਤੇਰਿਆਂ ਗੁਣਾਂ ਦਾ ਮਿਲਿਆ ਖਜ਼ਾਨਾ ਸਾਨੂੰ ਕਰੀਦਾ ਏ ਯਾਦ ਸੁਬਾ ਸ਼ਾਮ ਨੂੰ ਪਿੰਗਲੇ ਨੂੰ ਪਰਬਤਾਂ ਦੀ ਪਿੰਗਲੇ ਨੂੰ ਪਰਬਤਾਂ ਦੀ ਸੈਰ ਤੂੰ ਕਰਾ ਦੇਵੇਂ ਦੇ ਦੇਖਾਂ ਦਿਮਾਗ ਗੁਰਨਾਮ ਨੂੰ ਦੇ ਦੇਖਾਂ ਦਿਮਾਗ ਗੁਰਨਾਮ ਨੂੰ ਕੁਦਰਤ ਰਾਣੀ ਦਾ ਨਿਜ਼ਮ ਜਿਹੜਾ ਮੁੱਢ ਤੋਂ ਹੈ ਕਰਦੀ ਏ ਜਿਹੜੀ ਮਾਨ ਪਾਉਂਦੀ ਸਤਨਾਮ ਸਤਨਾਮ ਬੋਲਦੀ ਰਬਾਬ ਉਹਦੀ ਤਪਦੇ ਦਿਲਾਂ ਨੂੰ ਠੰਡ ਪਾਉਂਦੀ ਤਪਦੇ ਦਿਲਾਂ ਨੂੰ ਠੰਡ ਪਾਉਂਦੀ ਤਪਦੇ ਦਿਲਾਂ ਨੂੰ ਠੰਡ ਪਾਉਂਦੀ ਪ੍ਰੋਫੈਸਰ ਕਰਤਾਰ ਸਿੰਘ ਜੀ ਐਵੇਂ ਸਿੱਖ ਇਤਿਹਾਸ ਭਾਗ 2 ਵਿੱਚ ਲਿਖਦੇ ਹਨ ਇਸ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਰਮਦਾਸ ਨਗਰ ਦੇ ਨੇੜੇ ਠਹਿਰੇ ਹੋਏ ਸੀ ਸਤਿਗੁਰੂ ਜੀ ਅਕਾਲ ਪੁਰਖ ਨਾਲ ਜੁੜ ਕੇ ਮਿੱਠੀ ਰਸਨਾ ਨਾਲ ਬਾਣੀ ਗਾ ਰਹੇ ਸੀ ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਸਨ ਅਰਸ਼ਾਂ 'ਚੋਂ ਦਿਉਤੇ ਪਰੀਆਂ ਮਨੁੱਖ ਅਤੇ ਜੀਵ ਜੰਤੂ ਰੱਬੀ ਇਲਾਮ ਸੁਣ ਕੇ ਆਨੰਦ ਪ੍ਰਾਪਤ ਕਰ ਰਹੇ ਸੀ ਨੇੜੇ ਹੀ ਮੱਝਾਂ ਚਾਰਦੇ ਵਾਗੀ ਭੱਜੀ ਆਏ ਪਿਆਰ ਨਾਲ ਬੈਠ ਗਏ ਕੀਰਤਨ ਸਮਾਪਤ ਹੋਣ 'ਤੇ ਕੁਝ ਬਾਲਕ ਉੱਠ ਕੇ ਤੁਰ ਗਏ ਇੱਕ ਬਾਲਕ ਨੈਣ ਮੂੰਦ ਕੇ ਕਿਸੇ ਡੂੰਘੀ ਸੋਚ ਵਿੱਚ ਬੈਠਾ ਹੋਇਆ ਸੀ ਗੁਰੂ ਜੀ ਨੇ ਆਵਾਜ਼ ਮਾਰ ਕੇ ਪੁੱਛਿਆ ਕਾਕਾ ਤੇਰਾ ਕੀ ਨਾਮ ਹੈ ਇੱਥੇ ਕੀ ਕਰਦਾ ਹੈ ਇਹ ਬਾਲਕ ਬੋਲਿਆ ਕਹਿਣ ਲੱਗਾ ਬਾਬਾ ਮੇਰਾ ਨਾਮ ਮੇਰੇ ਮਾਪਿਆਂ ਨੇ ਬੂੜਾ ਰੱਖਿਆ ਹੈ ਅਸੀਂ ਕੱਥੂ ਨੰਗਲ ਦੇ ਰਹਿਣ ਵਾਲੇ ਹਾਂ ਇੱਥੇ ਜੰਗਲ ਵਿੱਚ ਮੱਝਾਂ ਅਤੇ ਗਾਵਾਂ ਚਾਰਨ ਲਈ ਆਇਆ ਹਾਂ ਗੁਰੂ ਜੀ ਨਾਲ ਬਚਨ ਬਿਲਾਸ ਕਰਕੇ ਬੂੜਾ ਦਿਲ ਵਿੱਚ ਖੁਸ਼ੀਆਂ ਤਨੋ ਮਨੋ ਨਿਹਾਲ ਹੋ ਕੇ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਗੁਰ ਪੂਰਾ ਭੇਟਿਓ ਵਡਭਾਗੀ ਮਨੇ ਪਿਆ ਪ੍ਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ ਹਿਰਦੇ ਵਿੱਚ ਗੁਰ ਸ਼ਬਦ ਦਾ ਪ੍ਰਕਾਸ਼ ਹੋਇਆ ਅਗਲੇ ਦਿਨ ਤੜਕੇ ਦੁੱਧ ਅਤੇ ਹੋਰ ਪਦਾਰਥ ਲੈ ਕੇ ਗੁਰੂ ਜੀ ਦੇ ਹਾਜ਼ਰ ਹੋਇਆ ਬੜੇ ਪ੍ਰੇਮ ਨਾਲ ਭੇਟਾ ਧਰ ਕੇ ਨਮਸਕਾਰ ਕੀਤੀ ਦਿਲਾਂ ਦੀਆਂ ਜਾਣਨ ਹਾਰੇ ਚੋਜੀ ਪ੍ਰੀਤਮ ਭਾਈ ਮਰਦਾਨੇ ਨੂੰ ਕਹਿੰਦੇ ਨੇ ਮਰਦਾਨਾ ਦੀਵੇ ਵਿੱਚ ਤੇਲ ਤੇ ਵੱਟੀ ਹੈ ਬਸ ਇਸ ਨੂੰ ਜਗਾਉਣ ਦੀ ਲੋੜ ਹੈ ਮਰਦਾਨਾ ਜੀ ਬੋਲੇ ਬਾਬਾ ਜੀ
ਤੁਹਾਡੀਆਂ ਤੁਸੀਂ ਹੀ ਜਾਣੋ। ਮੇਰੇ ਹਜ਼ੂਰ ਨੇ ਬਾਲਕ ਨੂੰ ਕੋਲ ਬਿਠਾ ਕੇ ਪੁੱਛਿਆ, ਬੇਟਾ ਤੂੰ ਕੀ ਇਸ਼ਿਆ ਧਾਰ ਕੇ ਸਾਡੇ ਪਾਸ ਆਉਣਾ ਏ? ਬਾਲਕ ਬੂੜੇ ਨੇ ਆਖਿਆ, ਬਾਬਾ ਮੈਨੂੰ ਮੌਤ ਤੋਂ ਬਹੁਤ ਡਰ ਲੱਗਦਾ ਹੈ, 84 ਦਾ ਗੇੜਾ ਕੱਟ ਦਿਓ, ਮੁਕਤੀ ਦਾ ਦਾਨ ਦਿਓ, ਤੁਸੀਂ ਸਮਰੱਥ ਹੋ, ਜਗ ਦੇ ਤਾਰਨ ਹਾਰੇ ਹੋ, ਬੇਨਤੀ ਪ੍ਰਵਾਨ ਕਰੋ। ਗੁਰੂ ਜੀ ਹੱਸ ਕੇ ਬੋਲੇ, ਤੇਰੀ ਤਾਂ ਉਮਰ ਹੈ ਅਜੇ ਖਾਣ ਹੰਡਾਉਣ ਦੀ ਏ, ਖੇਡਣ ਮਲਣ ਦੀ ਏ, ਤੈਨੂੰ ਕਿਵੇਂ ਮੌਤ ਤੇ ਮੁਕਤੀ ਦਾ ਖਿਆਲ ਆ ਗਿਆ? ਬਾਲਕ ਨੇ ਸਾਰੀ ਵਾਰਤਾ ਗੁਰੂ ਜੀ ਨੂੰ ਜਿਵੇਂ ਦੱਸੀ, ਜੋ ਜੋ ਉਸ ਦੀ ਜ਼ਿੰਦਗੀ ਵਿੱਚ ਘਟਨਾਵਾਂ ਵਾਪਰੀਆਂ ਸਨ, ਕਵੀ ਨੇ ਆਪਣੀ ਕਲਮ ਵਿੱਚ ਬਿਆਨ ਕੀਤੀਆਂ ਨੇ। ਬੜੇ ਪਿਆਰ ਨਾਲ ਸਰਵਣ ਕਰੋ। ਮੇਰੇ ਸਾਥੀ ਭੁਪਿੰਦਰ ਸਿੰਘ ਤੇ ਜੋਗਿੰਦਰ ਸਿੰਘ ਦਦੇਰ ਸਾਹਿਬਾਂ ਦੀ ਜੋੜੀ ਬਿਨੇ ਹੈ ਇਉਂ ਕਰਦੀ ਹੈ। ਬੈਠੇ ਨਾਨਕ ਗੁਰੂ ਜੀ ਰਮਦਾਸ ਤੇ ਬਾਲਕ ਸੀ ਮਾਲ ਚਾਰ ਦੇ, ਭੱਜਿਆ ਸੁਰ ਸੁਣ ਕੇ ਰਬਾਬ ਦੀ ਬੈਠ ਗਏ ਸੀ ਨਾਲ ਪਿਆਰ ਦੇ, ਬੈਠ ਗਏ ਸੀ ਨਾਲ ਪਿਆਰ ਦੇ। ਬੈਠਾ ਬਾਲਕ ਚੌਂਕੜਾ ਲਾ ਕੇ, ਬੈਠਾ ਬਾਲਕ ਚੌਂਕੜਾ ਲਾ ਕੇ, ਜਿਸ ਦੀ ਪਹਿਚਾਣ ਕੋਈ ਨਾ, ਜਿਵੇਂ ਨਦੀ ਦੇ ਕਿਨਾਰੇ ਖੜਾ ਰੁੱਖੜਾ, ਜ਼ਿੰਦਗੀ ਦਾ ਮਾਣ ਕੋਈ ਨਾ, ਜ਼ਿੰਦਗੀ ਦਾ ਮਾਣ ਕੋਈ ਨਾ। ਗੁਰੂ ਪੁਸ਼ ਦੇ ਤੇ ਬੂੜਾ ਅੱਗੋਂ ਦੱਸਦਾ, ਬੀਤੀ ਹੋਈ ਸਾਰੀ ਵਾਰਤਾ, ਚੜਿਆ ਸੀ ਪਠਾਨ ਦਿਨ ਦੀਵੀ, ਸਾਡਾ ਪਿੰਡ ਸੀ ਉਜਾੜਤਾ, ਸਾਡਾ ਪਿੰਡ ਸੀ ਉਜਾੜਤਾ। ਜਿਵੇਂ ਡਾਡਿਆਂ ਦੇ ਅੱਗੇ ਨਹੀਂ ਚੱਲਦਾ, ਜਿਵੇਂ ਡਾਡਿਆਂ ਹੋ, ਜਿਵੇਂ ਡਾਡਿਆਂ, ਜਿਵੇਂ ਡਾਡਿਆਂ ਦੇ ਅੱਗੇ ਨਹੀਂ ਚੱਲਦਾ, ਤੇ ਕਿਸੇ ਦਾ ਵੀ ਤਾਣ ਕੋਈ ਨਾ। ਜਿਵੇਂ ਨਦੀ ਦੇ ਕਿਨਾਰੇ ਖੜਾ, ਨਦੀ ਦੇ ਕਿਨਾਰੇ ਖੜਾ ਰੁੱਖੜਾ, ਜ਼ਿੰਦਗੀ ਦਾ ਮਾਣ ਕੋਈ ਨਾ, ਜ਼ਿੰਦਗੀ ਦਾ ਮਾਣ ਕੋਈ ਨਾ। ਦਿਨ ਮਾਤਾ ਰੋਟੀਆਂ ਪਕਾਉਂਦੀ ਸੀ, ਇੱਕ ਦਿਨ ਮਾਤਾ ਰੋਟੀਆਂ ਪਕਾਉਂਦੀ ਸੀ, ਮੈਂ ਕੋਲ ਬੈਠਾ ਅੱਗ ਡਾਉਂਦਾ ਸੀ, ਛੋਟੀ ਲੱਕੜੀ ਪਲਾਂ ਦੇ ਵਿੱਚ, ਲੱਕੜੀ ਪਲਾਂ ਦੇ ਵਿੱਚ ਮੱਚਦੀ, ਜਾਂ ਅੱਗ ਦਾ ਭੰਬੂਕਾ ਆਉਂਦਾ ਸੀ, ਜਾਂ ਅੱਗ ਦਾ ਭੰਬੂਕਾ ਆਉਂਦਾ ਸੀ। ਜਾਵਾਨਾ ਨਾਮ ਤੋਂ ਸੱਖਣਾ, ਤੁਰ ਜਾਵਾਨਾ ਨਾਮ ਤੋਂ ਸੱਖਣਾ, ਮੌਤ ਵੇਖੇ ਹਾਣ ਕੋਈ ਨਾ, ਜਿਵੇਂ ਨਦੀ ਦੇ ਕਿਨਾਰੇ ਖੜਾ ਰੁੱਖੜਾ, ਜ਼ਿੰਦਗੀ ਦਾ ਮਾਣ ਕੋਈ ਨਾ, ਜ਼ਿੰਦਗੀ ਦਾ ਮਾਣ ਕੋਈ ਨਾ। ਇੱਕੋ ਚਿੰਨ ਤਾਂ ਹਜ਼ੂਰ ਜੀ ਸਤਾਉਂਦੀ ਤੇ ਦਿਲ ਵਿੱਚ ਚੈਨ ਆਉਂਦਾ, ਮਨ ਰਹਿੰਦਾ ਮੌਤ ਤੋਂ ਡਰਦਾ, ਤੇ ਕੋਈ ਵੀ ਖਾਣਾ ਪੀਣਾ ਪਾਉਂਦਾ ਨਹੀਂ, ਕੋਈ ਵੀ ਖਾਣਾ ਪੀਣਾ ਪਾਉਂਦਾ ਨਹੀਂ। ਯਮਰਾਜ ਦੇ ਸਿਪਾਹੀ ਆਉਂਦੇ ਰੋਕ ਲੈ, ਯਮਰਾਜ ਦੇ ਸਿਪਾਹੀ ਆਉਂਦੇ ਰੋਕ ਲੈ, ਮੇਰੇ ਕੋਲ ਬਾਣ ਕੋਈ ਨਾ, ਜਿਵੇਂ ਨਦੀ ਦੇ ਕਿਨਾਰੇ ਖੜਾ ਰੁੱਖੜਾ, ਜ਼ਿੰਦਗੀ ਦਾ ਮਾਣ ਕੋਈ ਨਾ, ਜ਼ਿੰਦਗੀ ਦਾ ਮਾਣ ਕੋਈ ਨਾ। ਤੁਸੀਂ ਪੜਿਆ ਕਲਾਮ ਜਿਹੜਾ ਰੱਬ ਦਾ, ਤੁਸਾਂ ਪੜਿਆ ਕਲਾਮ ਜਿਹੜਾ ਰੱਬ ਦਾ, ਤੇ ਤਪੇ ਹੋਏ ਸੀਨੇ ਠਾਰ ਦਾ, ਭੁੱਲ ਗਿਆ ਸੀ ਤੁਸਾਂ ਦੇ ਕੋਲ ਆ ਕੇ ਚੇਤਾ ਸਾਰੇ ਕਾਰੋਬਾਰ ਦਾ, ਮੈਂ ਚੇਤਾ ਸਾਰੇ ਕਾਰੋਬਾਰ ਦਾ। ਇਹ ਝੂਠਾ ਸੰਸਾਰ ਯਾਰ ਸੁੱਖ ਦਾ, ਇਹ ਝੂਠਾ ਸੰਸਾਰ ਯਾਰ ਸੁੱਖ ਦਾ, ਤੇ ਦੁੱਖ ਵਿੱਚ ਜਾਣ ਕੋਈ ਨਾ, ਜਿਵੇਂ ਨਦੀ ਦੇ ਕਿਨਾਰੇ ਖੜਾ ਰੁੱਖੜਾ, ਜ਼ਿੰਦਗੀ ਦਾ ਮਾਣ ਕੋਈ ਨਾ, ਜ਼ਿੰਦਗੀ ਦਾ ਮਾਣ ਕੋਈ ਨਾ। ਸੁਣ ਬੂੜੇ ਦੀਆਂ ਗੱਲਾਂ ਗੁਰਦੇਵ ਜੀ, ਤੇ ਨਿੰਮੇ ਨਿੰਮੇ ਬੋਲੇ ਹੱਸ ਕੇ,
ਤੁਸਾਂ ਨੇ ਬੁੱਢਿਆਂ ਵਾਲੇ ਮਨ ਮੋਲਿਆ ਗੱਲਾਂ ਦੱਸ ਕੇ, ਮਨ ਮੋਲਿਆ ਗੱਲਾਂ ਦੱਸ ਕੇ। ਸਿੱਖੀ ਵਾਲੀ ਦਿੱਤੀ ਬਾਬੇ ਨਾਨਕ, ਦਾਤ ਸਿੱਖੀ ਵਾਲੀ ਦਿੱਤੀ ਬਾਬੇ ਨਾਨਕ, ਤੇ ਜਿਸ ਵਿੱਚ ਕਾਣ ਕੋਈ ਨਾ। ਜਿਵੇਂ ਨਦੀ ਦੇ ਕਿਨਾਰੇ ਖੜਾ, ਨਦੀ ਦੇ ਕਿਨਾਰੇ ਖੜਾ ਰੁੱਖੜਾ, ਜ਼ਿੰਦਗੀ ਦਾ ਮਾਣ ਕੋਈ ਨਾ, ਜ਼ਿੰਦਗੀ ਦਾ ਮਾਣ ਕੋਈ ਨਾ। ਛਾਤੀ ਨਾਲ ਛਾਤੀ ਨਾਲ ਲਾ ਕੇ ਰਹਿਮਤਾਂ ਦੇ ਮਾਲਕੇ, ਤੇ ਸਤ ਕਰਤਾਰ ਬੋਲਿਆ। ਸੋ ਜੀ ਜਨਮ ਮਰਨ ਦੀ ਬਖਸ਼ੀ, ਤੇ ਦਸਵਾਂ ਦੁਆਰ ਖੋਲਿਆ, ਦਸਵਾਂ ਦੁਆਰ ਖੋਲਿਆ। ਨਾਮ ਸੇਵਾ ਤੇ ਪ੍ਰੇਮ ਦੇ ਬਾਜੋਂ, ਨਾਮ ਸੇਵਾ ਤੇ ਪ੍ਰੇਮ ਦੇ ਬਾਜੋਂ, ਤੇ ਰਾਣਾ ਕੈ ਸਿਆਣ ਕੋਈ ਨਾ। ਜਿਵੇਂ ਨਦੀ ਦੇ ਕਿਨਾਰੇ ਖੜਾ ਰੁੱਖੜਾ, ਜ਼ਿੰਦਗੀ ਦਾ ਮਾਣ ਕੋਈ ਨਾ, ਜ਼ਿੰਦਗੀ ਦਾ ਮਾਣ ਕੋਈ ਨਾ। ਸਤਿਗੁਰਾਂ ਦੀ ਗੋਦੀ ਵਿੱਚ ਬੈਠਾ ਹੋਇਆ ਬਾਲਕ ਬੂੜਾ ਤੋਤਲੀ ਜ਼ਬਾਨ ਨਾਲ ਮੁਕਤੀ ਦੇ ਦਾਤੇ ਕਲਿਆਣਕਾਰੀ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਬੜੇ ਪਿਆਰ ਦੇ ਨਾਲ ਕਹਾਣੀ ਦੱਸ ਰਿਹਾ ਸੀ। ਫਿਰ ਮੇਰੇ ਹਜ਼ੂਰ ਅੰਮ੍ਰਿਤ ਵਰਸਾਉਂਦੇ ਨੇਤਰਾਂ 'ਚੋਂ ਤੱਕ ਕੇ ਦਇਆ ਦੀ ਦ੍ਰਿਸ਼ਟੀ ਪਾਈ, ਨਦਰੋ ਨਦਰ ਨਿਹਾਲ ਕਰ ਦਿੱਤਾ, ਚਿੰਤਾ ਮੁਕਾ ਦਿੱਤੀ। ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਏ, ਸਤਿਗੁਰੂ ਹੋਏ ਦਿਆਲ ਨਾ ਕਭੂ ਝੂਰੀਏ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ, ਸਤਿਗੁਰੂ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ, ਸਤਿਗੁਰੂ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾ, ਸਤਿਗੁਰੂ ਹੋਏ ਦਿਆਲ ਤਾਂ ਨੌ ਨਿਧ ਪਾਈਏ, ਸਤਿਗੁਰੂ ਹੋਏ ਦਿਆਲ ਤਾਂ ਸੱਚ ਸਮਾਈਏ। ਸਤਿਗੁਰਾਂ ਨੇ ਚਰਨ ਪੌਲ ਦੇ ਕੇ ਸਿੱਖੀ ਦੀ ਦਾਤ ਬਖਸ਼ੀ, ਨਵਾਂ ਜਨਮ ਸ਼ੁਰੂ ਹੋਇਆ, ਸਤਿਗੁਰੂ ਕੇ ਜਨਮੇ ਗਮਨ ਮਿਟਾਇਆ। ਬਾਬਾ ਜੀ 13 ਸਾਲ ਦੀ ਉਮਰ ਵਿੱਚ ਗੁਰੂ ਧਾਰਨਾ ਕੀਤੀ, ਉਸ ਤੋਂ ਬਾਅਦ ਗੁਰੂ ਘਰ ਦੀ ਸੇਵਾ ਵਿੱਚ ਸਾਰੀ ਜ਼ਿੰਦਗੀ ਬਿਤਾਈ। ਬੇਅੰਤ ਰਹਿਮਤਾਂ ਬਖਸ਼ਿਸ਼ਾਂ ਵਰ ਸੱਚੇ ਪਾਤਸ਼ਾਹ ਤੋਂ ਪ੍ਰਾਪਤ ਕੀਤੇ। ਉਸ ਬ੍ਰਹਮ ਗਿਆਨੀ ਆਤਮਾ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪੰਚਮ ਪਾਤਸ਼ਾਹ ਤੱਕ ਕਿਵੇਂ ਗੁਰੂ ਘਰ ਦੀ ਟਹਿਲ ਸੇਵਾ ਕੀਤੀ, ਘਾਲਣਾ ਘਾਲੀਆਂ ਹਰ ਮੌਕੇ 'ਤੇ ਸਿੱਖੀ ਨੂੰ ਸਹੀ ਸੇਧ ਦੇ ਕੇ ਨਿਰਮਲ ਅਤੇ ਨਿਰਾਲੇ ਪੰਥ ਨੂੰ ਚੜ੍ਹਦੀ ਕਲਾ ਵਿੱਚ ਖੜਿਆ। ਉਹਨਾਂ ਦੇ ਜੀਵਨ ਦੇ ਕੁਝ ਕੌਤਕ ਮੇਰੇ ਸਾਥੀ ਬਿਆਨ ਕਰਦੇ ਹਨ, ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੋ ਜੀ। ਬਾਬਾ ਬੁੱਢਾ ਸਾਹਿਬ ਜੀ ਸਿੱਖਿਆ ਲੈ ਗੁਰੂ ਨਾਨਕ ਤੋਂ, ਬਾਬਾ ਬੁੱਢਾ ਸਾਹਿਬ ਜੀ ਸਿੱਖਿਆ ਲੈ ਗੁਰੂ ਨਾਨਕ ਤੋਂ, ਬਾਣੀ ਪੜ੍ਹਦੇ ਸੇਵਾ ਸੰਗਤਾਂ ਦੀ ਕਮਾਉਂਦੇ, ਬਾਣੀ ਪੜ੍ਹਦੇ ਸੇਵਾ ਸੰਗਤਾਂ ਦੀ ਕਮਾਉਂਦੇ। ਬਾਬਾ ਬੁੱਢਾ ਸਾਹਿਬ ਜੀ ਸਿੱਖਿਆ ਲੈ ਗੁਰੂ ਨਾਨਕ ਤੋਂ, ਬਾਬਾ ਬੁੱਢਾ ਸਾਹਿਬ ਜੀ ਸਿੱਖਿਆ ਲੈ ਗੁਰੂ ਨਾਨਕ ਤੋਂ, ਬਾਣੀ ਪੜ੍ਹਦੇ ਸੇਵਾ ਸੰਗਤਾਂ ਦੀ ਕਮਾਉਂਦੇ, ਬਾਣੀ ਪੜ੍ਹਦੇ ਸੇਵਾ ਸੰਗਤਾਂ ਦੀ ਕਮਾਉਂਦੇ। ਕਿਰਤ ਕਰਨੀ ਵੰਡ ਕੇ ਛਕਣਾ ਕਾਰ ਜੋ ਸਿੱਖੀ ਦੀ, ਕਿਰਤ ਕਰਨੀ ਵੰਡ ਕੇ ਛਕਣਾ ਕਾਰ ਜੋ ਸਿੱਖੀ ਦੀ, ਕੱਢ ਦਸਵੰਧ ਗੁਰੂ ਕੇ ਲੰਗਰਾਂ ਦੇ ਵਿੱਚ ਪਾਉਂਦੇ, ਕੱਢ ਦਸਵੰਧ ਗੁਰੂ ਕੇ ਲੰਗਰਾਂ ਦੇ ਵਿੱਚ ਪਾਉਂਦੇ। ਮੋਹ ਮਮਤਾ ਵਾਲੇ ਛੱਡ ਕੇ ਕੁੱਲ 'ਚ ਮੇਲੇ ਸੀ, ਮੋਹ ਮਮਤਾ ਵਾਲੇ ਛੱਡ ਕੇ ਕੁੱਲ 'ਚ ਮੇਲੇ ਸੀ, ਮੋਹ ਮਮਤਾ ਵਾਲੇ ਛੱਡ ਕੇ ਕੁੱਲ 'ਚ ਮੇਲੇ ਸੀ। ਗੁਰੂ ਕੀ ਸੇਵਾ ਦੇ ਵਿੱਚ ਜੀਵਨ ਰਹੇ ਬਤਾਉਂਦੇ, ਗੁਰੂ ਕੀ ਸੇਵਾ ਦੇ ਵਿੱਚ ਜੀਵਨ ਰਹੇ ਬਤਾਉਂਦੇ। ਜਦ ਗੁਰਗੱਦੀ ਦੇਣੀ
ਗੁਰੂ ਨਾਨਕ ਜੀ ਲੈਣੇ ਨੂੰ, ਜਦ ਗੁਰਗੱਦੀ ਦੇਣੀ ਗੁਰੂ ਨਾਨਕ ਜੀ ਲੈਣੇ ਨੂੰ। ਤਿਲਕ ਫਿਰ ਬਾਬਾ ਬੁੱਢਾ ਜੀ ਅੰਗਦ ਗੁਰਾਂ ਨੂੰ ਲਾਉਂਦੇ, ਤਿਲਕ ਫਿਰ ਬਾਬਾ ਬੁੱਢਾ ਜੀ ਅੰਗਦ ਗੁਰਾਂ ਨੂੰ ਲਾਉਂਦੇ। ਸ੍ਰੀ ਗੁਰੂ ਅੰਗਦ ਵਸਾਇਆ ਜਦੋਂ ਨਗਰ ਖਡੂਰ ਸੀ, ਸ੍ਰੀ ਗੁਰੂ ਅੰਗਦ ਵਸਾਇਆ ਜਦੋਂ ਨਗਰ ਖਡੂਰ ਸੀ। ਲੰਗਰ ਲੋੜਵੰਦਾਂ ਨੂੰ ਬਾਬਾ ਜੀ ਛਕਾਉਂਦੇ, ਲੰਗਰ ਲੋੜਵੰਦਾਂ ਨੂੰ ਬਾਬਾ ਜੀ ਛਕਾਉਂਦੇ। ਹੋਏ ਅਮਰਦਾਸ ਜੀ ਸੇਵਾ ਵਿੱਚ ਪਰਵਾਨ ਜਦੋਂ, ਹੋਏ ਅਮਰਦਾਸ ਜੀ ਸੇਵਾ ਵਿੱਚ ਪਰਵਾਨ ਜਦੋਂ, ਹੋਏ ਅਮਰਦਾਸ ਜੀ ਸੇਵਾ ਵਿੱਚ ਪਰਵਾਨ ਜਦੋਂ। ਕਰਨ ਲਈ ਰਸਮ ਗੱਦੀ ਦੀ ਬਾਬਾ ਜੀ ਫਿਰ ਆਉਂਦੇ, ਕਰਨ ਲਈ ਰਸਮ ਗੱਦੀ ਦੀ ਬਾਬਾ ਜੀ ਫਿਰ ਆਉਂਦੇ। ਗੋਇੰਦਵਾਲ ਵਸਾਇਆ ਅਮਰਦਾਸ ਗੁਰ ਪਿਆਰੇ ਨੇ, ਗੋਇੰਦਵਾਲ ਵਸਾਇਆ ਅਮਰਦਾਸ ਗੁਰ ਪਿਆਰੇ ਨੇ। ਇੰਦਰ ਸਿੱਖੀ ਦਾ ਕਹਿ ਬਾਬਾ ਜੀ ਵਡਿਆਉਂਦੇ, ਕੇਂਦਰ ਸਿੱਖੀ ਦਾ ਕਹਿ ਬਾਬਾ ਜੀ ਵਡਿਆਉਂਦੇ। ਜੋਰ ਸੀ ਛੂਤ ਛਾਤ ਦਾ ਭਰਮ ਮਟਾਉਣੇ ਸਤਿਗੁਰ ਨੇ, ਜੋਰ ਸੀ ਛੂਤ ਛਾਤ ਦਾ ਭਰਮ ਮਟਾਉਣੇ ਸਤਿਗੁਰ ਨੇ। ਟੱਪ ਫਿਰ ਬੌਲੀ ਸਾਹਿਬ ਦਾ ਬਾਬਾ ਜੀ ਨੇ ਲਾਉਂਦੇ, ਟੱਪ ਫਿਰ ਬੌਲੀ ਸਾਹਿਬ ਦਾ ਬਾਬਾ ਜੀ ਨੇ ਲਾਉਂਦੇ। ਸਤਿਗੁਰੂ ਬਾਸਰ ਕੇ ਆ ਬੈਠੇ ਸੀ, ਹੋਇਆ ਲੋਪ ਸਤਿਗੁਰੂ ਬਾਸਰ ਕੇ ਆ ਬੈਠੇ ਸੀ, ਹੋਇਆ ਲੋਪ ਸਤਿਗੁਰੂ ਬਾਸਰ ਕੇ ਆ ਬੈਠੇ ਸੀ। ਨੀਤੀਵਾਨ ਬਾਬਾ ਜੀ ਪ੍ਰਗਟ ਕਰ ਦਿਖਲਾਉਂਦੇ, ਨੀਤੀਵਾਨ ਬਾਬਾ ਜੀ ਪ੍ਰਗਟ ਕਰ ਦਿਖਲਾਉਂਦੇ। ਜਦੋਂ ਜੇਠਾ ਜੀ ਤੋਂ ਰਾਮਦਾਸ ਗੁਰ ਥਾਪੇ ਗਏ ਥਾਪੇ ਗਏ, ਜਦੋਂ ਜੇਠਾ ਜੀ ਤੋਂ ਰਾਮਦਾਸ ਗੁਰ ਥਾਪੇ ਗਏ, ਆਦਰ ਨਾਲ ਬਾਬਾ ਜੀ ਗੱਦੀ ਉੱਪਰ ਬਿਠਾਉਂਦੇ, ਆਦਰ ਨਾਲ ਬਾਬਾ ਜੀ ਗੱਦੀ ਉੱਪਰ ਬਿਠਾਉਂਦੇ। ਮੋੜੀ ਅੰਮ੍ਰਿਤਸਰ ਦੀ ਗੱਡੀ ਸੋਢੀ ਪਾਤਸ਼ਾਹ, ਅੰਮ੍ਰਿਤਸਰ ਦੀ ਗੱਡੀ ਸੋਢੀ ਪਾਤਸ਼ਾਹ, ਮੋੜੀ ਅੰਮ੍ਰਿਤਸਰ ਦੀ ਗੱਡੀ ਸੋਢੀ ਪਾਤਸ਼ਾਹ। ਸੋਭਾ ਸੰਗਤਾਂ ਦੇ ਵਿੱਚ ਬਾਬਾ ਜੀ ਨੇ ਪਾਉਂਦੇ, ਸੋਭਾ ਸੰਗਤਾਂ ਦੇ ਵਿੱਚ ਬਾਬਾ ਜੀ ਨੇ ਪਾਉਂਦੇ। ਦੁਖੀਏ ਰਾਜੀ ਹੋਣਗੇ ਰਚਰੇ ਗੁਰੂ ਸਰੋਵਰ ਸੀ, ਦੁਖੀਏ ਰਾਜੀ ਹੋਣਗੇ ਰਚਰੇ ਗੁਰੂ ਸਰੋਵਰ ਸੀ। ਸੇਵਾ ਬਾਬਾ ਜੀ ਰੈ ਸੰਗਤਾਂ ਤੋਂ ਕਰਵਾਉਂਦੇ, ਸੇਵਾ ਬਾਬਾ ਜੀ ਰੈ ਸੰਗਤਾਂ ਤੋਂ ਕਰਵਾਉਂਦੇ। ਵਾਰਸ ਗੁਰਗੱਦੀ ਦੇ ਅਰਜਨ ਦੇਵ ਪਿਆਰੇ ਨੇ, ਵਾਰਸ ਗੁਰਗੱਦੀ ਦੇ ਅਰਜਨ ਦੇਵ ਪਿਆਰੇ ਨੇ। ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਨੂੰ ਫਰਮਾਉਂਦੇ, ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਨੂੰ ਫਰਮਾਉਂਦੇ। ਥਾਂ ਥਾਂ ਸੋਭਾ ਹੋਈ ਸੱਚੇ ਬ੍ਰਹਮ ਗਿਆਨੀ ਦੀ, ਥਾਂ ਥਾਂ ਸੋਭਾ ਹੋਈ ਸੱਚੇ ਬ੍ਰਹਮ ਗਿਆਨੀ ਦੀ, ਥਾਂ ਥਾਂ ਸੋਭਾ ਹੋਈ ਸੱਚੇ ਬ੍ਰਹਮ ਗਿਆਨੀ ਦੀ। ਕਵੀ ਰਣਜੀਤ ਗੁਰਾਂ ਦੇ ਚਰਨੀ ਸੀਸ ਝੁਕਾਉਂਦੇ, ਕਵੀ ਰਣਜੀਤ ਗੁਰਾਂ ਦੇ ਚਰਨੀ ਸੀਸ ਝੁਕਾਉਂਦੇ। ਸਤਿਕਾਰਯੋਗ ਖਾਲਸਾ ਜੀ, ਆਪ ਜੀ ਸਰਵਣ ਕਰ ਚੁੱਕੇ ਹੋ ਕਿ ਉਸ ਬ੍ਰਹਮ ਗਿਆਨੀ ਆਤਮਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਘਰ ਦੀਆਂ ਕਿੰਨੀਆਂ ਸੇਵਾਵਾਂ ਕੀਤੀਆਂ, ਕਿੰਨੀਆਂ ਘਾਲਣਾ ਘਾਲੀਆਂ। ਇਸ ਵੇਲੇ ਸਤਿਕਾਰਯੋਗ ਬਾਬਾ ਜੀ ਚਬਾਲ ਵਾਲੀ ਬੀੜ ਵਿੱਚ ਗੁਰੂ ਘਰ ਵਾਸਤੇ
ਬਾਲਣ ਅਤੇ ਦੋਧੀਆਂ ਸੇਵਾਵਾਂ ਕਰਦੇ ਸਨ। ਨਾਲ ਹੀ ਗੁਰੂ ਘਰ ਦਾ ਪ੍ਰਚਾਰ, ਸਿੱਖੀ ਦਾ ਪ੍ਰਚਾਰ ਕਰਕੇ ਸਿੱਖ ਸੰਗਤਾਂ ਨੂੰ ਗੁਰੂ ਘਰ ਦੀ ਅਜ਼ਮਤ ਨਾਲ ਜੋੜਦੇ ਸਨ। ਜਿਸ ਵੇਲੇ ਮਾਤਾ ਗੰਗਾ ਜੀ ਆਪਣੀ ਜਠਾਣੀ ਕਰਮੋ ਦੀਆਂ ਬੋਲੀਆਂ ਤਾਨੇ ਮਿਣੇ ਸੁਣ ਕੇ ਗੁਰਦੇਵ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਵੈਰਾਗ ਨਾਲ ਦਿਲ ਭਰ ਕੇ ਦੱਸਦੇ ਨੇ, ਸੰਸਾਰ ਨੂੰ ਦਾਤਾਂ ਦੇਣ ਵਾਲੇ ਪਤੀ ਦੇਵ, ਲੋਕਾਂ ਦੀਆਂ ਝੋਲੀਆਂ ਭਰਨ ਵਾਲੇ ਸਵਾਮੀ, ਤੁਹਾਡਾ ਭਰਾ ਅਤੇ ਭਰਜਾਈ ਮੈਨੂੰ ਇੱਕ ਇੱਕ ਗੱਲ ਨਾਲ ਔਂਤਰੀ ਕਹਿੰਦੇ ਨੇ, ਮੇਰੇ ਕੋ ਬੋਲ ਸਹਾਰੇ ਨਹੀਂ ਜਾਂਦੇ, ਕਿਰਪਾ ਕਰੋ ਮੇਰੀ ਗਰੀਬੜੀ ਦੀ ਝੋਲੀ ਵਿੱਚ ਇੱਕ ਪੁੱਤਰ ਦੀ ਦਾਤ ਪਾਓ, ਸ਼ਾਂਤੀ ਦੇ ਪੁੰਜ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਗੰਗਾ ਜੀ ਉਹ ਅਸਲੀ ਭੰਡਾਰੀ ਨਹੀਂ ਹੁੰਦਾ ਜਿਹੜਾ ਆਪਣਿਆਂ ਨੂੰ ਦਾਤਾਂ ਵੰਡੀ ਜਾਵੇ, ਜੇ ਪੁੱਤਰ ਦੀ ਖਵਾਹਿਸ਼ ਮਨ ਵਿੱਚ ਜ਼ਾਹਰ ਹੋਈ ਹੈ ਤਾਂ ਕਿਸੇ ਪੂਰਨ ਬ੍ਰਹਮ ਗਿਆਨੀ ਦੇ ਕੋਲ ਜਾਣਾ ਪਵੇਗਾ। ਮਾਤਾ ਗੰਗਾ ਜੀ ਨੇ ਹੱਥ ਜੋੜ ਕੇ ਆਖਿਆ, ਸਵਾਮੀ ਉਹ ਕੌਣ ਨੇ? ਸਤਿਗੁਰੂ ਕਹਿੰਦੇ ਨੇ, ਬਾਬਾ ਬੁੱਢਾ ਸਾਹਿਬ ਜੀ ਜੋ ਚਬਾਲ ਵਾਲੀ ਬੀੜ ਵਿੱਚ ਰਹਿੰਦੇ ਨੇ, ਉਹਨਾਂ ਕੋਲ ਜਾ ਕੇ ਅਰਦਾਸ ਕਰਾਓ। ਮਾਤਾ ਗੰਗਾ ਜੀ ਪਹਿਲੀ ਵਾਰ ਸ਼ਾਹੀ ਠਾਠ ਬਾਠ ਨਾਲ ਗਏ, ਬਾਬਾ ਜੀ ਖੁਸ਼ ਨਾ ਹੋਏ, ਖਾਲੀ ਮੋੜ ਦਿੱਤਾ। ਦੂਜੀ ਵਾਰ ਨਿਮਰਤਾ ਦੇ ਨਾਲ ਆਪਣੇ ਹੱਥਾਂ ਨਾਲ ਪ੍ਰਸ਼ਾਦਾ ਤਿਆਰ ਕਰਕੇ ਨੰਗੇ ਪੈਰੀਂ ਸ਼੍ਰੀ ਅੰਮ੍ਰਿਤਸਰ ਤੋਂ ਚੱਲੇ ਨੇ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬੀੜ ਸਾਹਿਬ ਹੈ ਉੱਥੇ ਪਹੁੰਚੇ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਚਬਾਲ ਵਾਲੀ ਬੀੜ ਤੋਂ ਸ਼੍ਰੀ ਅੰਮ੍ਰਿਤਸਰ ਵੱਲ ਨੂੰ ਵੇਖ ਰਹੇ ਸਨ। ਜਿਸ ਵੇਲੇ ਮਾਤਾ ਗੰਗਾ ਜੀ ਕੋਲ ਆਏ, ਪ੍ਰਸ਼ਾਦੇ ਬਾਬਾ ਜੀ ਦੇ ਅੱਗੇ ਰੱਖੇ, ਬੜੇ ਪਿਆਰ ਦੇ ਨਾਲ ਬਾਬਾ ਜੀ ਨੇ ਪ੍ਰਸ਼ਾਦਾ ਛਕਿਆ। ਫਿਰ ਬਾਬਾ ਜੀ ਖੁਸ਼ੀ ਵਿੱਚ ਆ ਕੇ ਮਾਤਾ ਗੰਗਾ ਜੀ ਨੂੰ ਜੋ ਵਚਨ ਕਰਦੇ ਨੇ ਕਿ ਤੁਹਾਡੇ ਗ੍ਰਹਿ ਵਿਖੇ ਇੱਕ ਯੋਧਾ ਸੂਰਮਾ ਪੁੱਤਰ ਪ੍ਰਗਟ ਹੋਵੇਗਾ, ਉਸ ਵੇਲੇ ਦਾ ਵਾਕਿਆ ਕਵਿਸ਼ਰੀ ਯਥਾ ਬਿਨੇ ਹੈ ਇਉਂ ਕਰਦਾ ਹੈ। ਐਸਾ ਮਾਤਾ ਪੁੱਤ ਜਨਮੂ ਨਾਲ ਮਾਲਾ ਦੇ ਫੜੂਗਾ ਤਲਵਾਰ ਨੂੰ, ਐਸਾ ਮਾਤਾ ਪੁੱਤ ਜਨਮੂ ਨਾਲ ਮਾਲਾ ਦੇ ਫੜੂਗਾ ਤਲਵਾਰ ਨੂੰ, ਐਸਾ ਮਾਤਾ ਪੁੱਤ ਜਨਮੂ ਈਰ ਕਿਸੇ ਜੁਰਮਾਨੇ ਦੀ ਨਾ ਮੰਨੂਗਾ, ਈਰ ਕਿਸੇ ਜੁਰਮਾਨੇ ਦੀ ਨਾ ਮੰਨੂਗਾ, ਸਿਰ ਜਾਲ ਮਾਂ ਦੇ ਗੰਡੇ ਵਾਂਗੂ ਭੰਨੂਗਾ, ਸਿਰ ਜਾਲ ਮਾਂ ਦੇ ਗੰਡੇ ਵਾਂਗੂ ਭੰਨੂਗਾ, ਰੱਖ ਸਾਧੂਆਂ ਦਾ ਦੁਸ਼ਟਾਂ ਨੂੰ ਡੰਨੂਗਾ, ਰੱਖ ਸਾਧੂਆਂ ਦਾ ਦੁਸ਼ਟਾਂ ਨੂੰ ਡੰਨੂਗਾ, ਦੁਖੀ ਜਨ ਤਾਰੀ ਸੁਣੂਗਾ ਪਕਾਰ ਨੂੰ, ਐਸਾ ਮਾਤਾ ਪੁੱਤ ਜਨਮੂ ਨਾਲ ਮਾਲਾ ਦੇ ਫੜੂਗਾ ਤਲਵਾਰ ਨੂੰ, ਐਸਾ ਮਾਤਾ ਪੁੱਤ ਜਨਮੂ ਕਣੇ ਉੱਤੇ ਚੁਕੁਣੇ ਗੁਰੂ ਦਾਨੇ ਨੂੰ, ਉਹ ਲੱਖਾਂ ਦੇ ਉੱਤੇ ਲੱਖਾਂ ਦੇ ਉੱਤੇ ਮਵਾਰੀ, ਲੱਖਾਂ ਦੇ ਉੱਤੇ ਲੱਖਾਂ ਦੇ ਉੱਤੇ ਚੁਕੁਣ ਗੁਰੂ ਦਾਨੇ ਨੂੰ, ਲੱਖਾਂ ਦੇ ਉੱਤੇ ਚੁਕੁਣ ਗੁਰੂ ਦਾਨੇ ਨੂੰ, ਮਹਾਬਲੀ ਦੇ ਉਬਾਦਲ ਜਮਾਨੇ ਨੂੰ, ਮਹਾਬਲੀ ਦੇ ਉਬਾਦਲ ਜਮਾਨੇ ਨੂੰ, ਸੇਲੀ ਟੋਪੀ ਲਾਊ ਭਾਗ ਤੋਸ਼ੇ ਖਾਨੇ ਨੂੰ, ਸੇਲੀ ਟੋਪੀ ਲਾਊ ਭਾਗ ਤੋਸ਼ੇ ਖਾਨੇ ਨੂੰ, ਸਿਰ ਕਲਗੀ ਸਜਾਊ ਦੁਸਤਾਰ ਨੂੰ, ਐਸਾ ਮਾਤਾ ਪੁੱਤ ਜਨਮੂ ਨਾਲ ਮਾਲਾ ਦੇ ਫੜੂਗਾ ਤਲਵਾਰ ਨੂੰ, ਐਸਾ ਮਾਤਾ ਪੁੱਤ ਜਨਮੂ ਪਿਤਾ ਸਫਲਾ ਕਰੇਗਾ ਤੇਰਾ ਦੁੱਧ, ਪਿਤਾ ਸਫਲਾ ਕਰੇਗਾ ਤੇਰਾ ਦੁੱਧ, ਨਾਲ ਜਾਲ ਮਾਂ ਕਰੇਗਾ ਧਰਮ ਜੋਧਿਓ, ਨਾਲ ਜਾਲ ਮਾਂ ਕਰੇਗਾ ਧਰਮ ਜੋਧਿਓ, ਮੁਕ ਜਾਲ ਮਾਂ ਤਜਾਬ ਰਾਮ ਵਿਰੋਧਿਓ, ਮੁਕ ਜਾਲ ਮਾਂ ਤਜਾਬ ਰਾਮ ਵਿਰੋਧਿਓ, ਮਨਜੂਰ ਕਰੂ ਵੈਰੀ ਦੀ ਵੰਗਾਰ ਨੂੰ, ਐਸਾ ਮਾਤਾ ਪੁੱਤ ਜਨਮੂ ਨਾਲ ਮਾਲਾ ਦੇ ਫੜੂਗਾ ਤਲਵਾਰ ਨੂੰ, ਐਸਾ ਮਾਤਾ ਪੁੱਤ ਜਨਮੂ ਉਹਨੂੰ ਮੇਰ ਪੀਰੀ ਵਾਲਾ ਗੁਰੂ ਕਹਿਣਗੇ, ਉਹਨੂੰ ਮੀਰੀ ਪੀਰੀ ਵਾਲਾ ਗੁਰੂ ਕਹਿਣਗੇ, ਉਹਨੂੰ ਮੀਰੀ ਪੀਰੀ ਵਾਲਾ ਗੁਰੂ ਕਹਿਣਗੇ, ਦਲੇ ਮਲੇ ਜਾਣ ਜਿਹੜੇ ਨਾਲ ਖਹਿਣਗੇ, ਦਲੇ ਮਲੇ ਜਾਣ ਜਿਹੜੇ ਨਾਲ ਖਹਿਣਗੇ, ਬੋਲ ਬੱਦਲ ਪਹਾੜ ਗੂੰਜ ਪੈਣਗੇ, ਬੱਦਲ ਪਹਾੜ ਗੂੰਜ ਪੈਣਗੇ, ਬੋਲੇ ਬੱਦਲ ਪਹਾੜ ਗੂੰਜ ਪੈਣਗੇ, ਜਦੋਂ ਚੜੂਗਾ ਸ਼ੇਰਾਂ ਦੇ ਸ਼ਿਕਾਰ ਨੂੰ, ਪੁੱਤ ਜਨਮੂ ਨਾਲ ਮਾਲਾ ਦੇ ਫੜੂਗਾ ਤਲਵਾਰ ਨੂੰ, ਐਸਾ ਮਾਤਾ ਪੁੱਤ ਜਨਮੂ ਜਿੱਤਾ ਜੰਗ ਵਿੱਚ ਕਰੂਗਾ ਪੂਰਾ ਪੁੱਤ, ਜਿੱਤਾ ਜੰਗ ਵਿੱਚ ਕਰੂਗਾ ਪੂਰਾ ਪੁੱਤ, ਹੱਥੋਂ ਉਹਦੀਓ ਸਮਾਪਤ, ਹੱਥੋਂ ਉਹਦੀਓ ਸਮਾਪਤ, ਨਵੇਂ ਢੰਗ ਕਰੂ ਸਿੱਖੀ ਨੂੰ ਸਥਾਪਤ, ਨਵੇਂ ਢੰਗ ਕਰੂ ਸਿੱਖੀ ਨੂੰ ਸਥਾਪਤ, ਪਾਈ
ਰੱਖੇ ਗਾਵਕ ਸਰਕਾਰ ਨੂੰ ਐਸਾ ਮਾਤਾ ਪੁੱਤ ਜਨਮੂ ਨਾਲ ਮਾਲਾ ਦੇ ਫੜੂਗਾ ਤਲਵਾਰ ਨੂੰ ਐਸਾ ਮਾਤਾ ਪੁੱਤ ਜਨਮੂ ਪਾੜਾ ਪਾਦੂ ਵਿੱਚ ਮੁਗਲਾਂ ਦੇ ਮਹਿਲ ਦੇ ਪਾੜਾ ਪਾਦੂ ਵਿੱਚ ਮੁਗਲਾਂ ਦੇ ਮਹਿਲ ਦੇ ਜਿੱਤ ਪਰ ਤੂੰ ਜੰਗੀ ਜਰ ਨਾਲ ਦੇ ਪਰ ਤੂੰ ਜੰਗੀ ਜਰ ਨਾਲ ਦੇ ਜਿੱਤ ਪਰ ਤੂੰ ਜੰਗੀ ਜਰ ਨਾਲ ਦੇ ਜੰਗੀ ਜਰ ਨਾਲ ਦੇ ਸਿਰ ਹੱਥ ਰੱਖੂ ਕਵੀ ਕਰ ਨਾਲ ਦੇ ਸਿਰ ਹੱਥ ਰੱਖੂ ਕਵੀ ਕਰ ਨਾਲ ਦੇ ਸਿਰ ਚੁੱਕੂ ਦੁਖੀ ਜਨ ਤਾਰੇ ਪਾਰ ਨੂੰ ਐਸਾ ਮਾਤਾ ਪੁੱਤ ਜਨਮੂ ਨਾਲ ਮਾਲਾ ਦੇ ਹੋੜੂਗਾ ਤਲਵਾਰ ਨੂੰ ਐਸਾ ਮਾਤਾ ਪੁੱਤ ਜਨਮੂ ਜਿਸ ਵੇਲੇ ਬਾਣੀ ਬੋਧ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਾਣੀ ਦਾ ਜਹਾਜ਼ ਰਚਿਆ ਕਲਯੁਗੀ ਜੀਵਾਂ ਦੇ ਤਾਰਨ ਵਾਸਤੇ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਹੈੱਡ ਗ੍ਰੰਥੀ ਹੋਣ ਦਾ ਮਾਣ ਪ੍ਰਾਪਤ ਸਤਿਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਾਪਤ ਹੋਇਆ ਬਾਲਕ ਹਰਗੋਬਿੰਦ ਨੂੰ ਅੱਖਰੀ ਵਿੱਦਿਆ ਸ਼ਸਤਰ ਵਿੱਦਿਆ ਘੋੜ ਸਵਾਰੀ ਯੁੱਧ ਦੀ ਕਰਤ ਵਿੱਦਿਆ ਸਿਖਾਉਣ ਵਾਸਤੇ ਸਤਿਕਾਰਯੋਗ ਬਾਬਾ ਜੀ ਦੀ ਡਿਊਟੀ ਲੱਗੀ ਜਿਸ ਵੇਲੇ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦੀ ਪ੍ਰਾਪਤ ਕਰ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਬਾਬਾ ਬੁੱਢਾ ਸਾਹਿਬ ਅਤੇ ਭਾਈ ਗੁਰਦਾਸ ਜੀ ਨੇ ਕੀਤੀ ਕਿਸੀ ਰਾਜ ਨਾ ਹੱਥ ਲਗਾਇਓ ਬੁੱਢੇ ਔਰ ਗੁਰਦਾਸ ਬਣਾਇਓ ਸਤਿਗੁਰਾਂ ਨੂੰ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਬਾਬਾ ਜੀ ਨੇ ਪਹਿਨਾਈਆਂ ਬਾਬਾ ਜੀ ਦੀਆਂ ਚਲਾਈਆਂ ਹੋਈਆਂ ਰਸਮਾਂ ਅੱਜ ਵੀ ਪ੍ਰਚਲਿਤ ਹਨ ਜਿਵੇਂ ਸ਼ਬਦ ਚੌਂਕੀਆਂ ਜੋ ਪਿੰਡਾਂ ਅਤੇ ਸ਼ਹਿਰਾਂ ਵਿੱਚ ਗੁਰਪੁਰਬਾਂ ਦੇ ਪ੍ਰਭਾਤ ਫੇਰੀਆਂ ਕੱਢੀਆਂ ਜਾਂਦੀਆਂ ਨੇ ਇਹ ਵੀ ਬਾਬਾ ਜੀ ਦੀ ਦੇਣ ਹੈ ਸਿੱਖ ਜਗਤ ਵਿੱਚ ਦੀਪਮਾਲਾ ਦੀਵਾਲੀ 'ਤੇ ਕਰਨ ਵਾਸਤੇ ਬਾਬਾ ਜੀ ਨੇ ਹੁਕਮ ਲਾਇਆ ਫਿਰ ਜੰਗਾਂ ਯੁੱਧਾਂ ਦਾ ਸਮਾਂ ਆਇਆ ਸਤਿਕਾਰਯੋਗ ਬਾਬਾ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਛੁੱਟੀਆਂ ਲੈ ਕੇ ਰਮਦਾਸ ਨਗਰ ਵਿੱਚ ਚਲੇ ਗਏ ਇੱਥੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਦੂਰੋਂ ਨੇੜਿਓਂ ਸਿੱਖ ਸੰਗਤਾਂ ਬਾਬਾ ਜੀ ਦੇ ਦਰਸ਼ਨਾਂ ਦਦਾਰਿਆਂ ਨੂੰ ਆਉਂਦੀਆਂ ਰਹੀਆਂ ਗੁਰਮਤਿ ਦਾ ਪ੍ਰਚਾਰ ਹੁੰਦਾ ਰਿਹਾ ਗੁਰੂ ਕੇ ਲੰਗਰ ਚੱਲਦੇ ਰਹੇ ਸੰਗਤਾਂ ਲਾਹਾ ਪ੍ਰਾਪਤ ਕਰਦੀਆਂ ਰਹੀਆਂ ਆਖਰ ਉਹ ਸਮਾਂ ਆਇਆ ਜੋ ਦਿਨ ਆਵੈ ਸੋ ਦਿਨ ਜਾਈ ਕਰਨਾ ਕੂਚ ਰਹਿਣ ਥਿਰ ਨਾਹੀ ਇੱਥੇ ਜੋ ਆਇਆ ਉਸਨੇ ਕੂਚ ਕਰਨਾ ਚਾਲੇ ਸ਼ੁਰੂ ਤੋਂ ਹੀ ਇਸ ਜੱਗ ਦੇ ਨੇ ਇਹ ਜਗਤ ਸਰਾਂ ਮੁਸਾਫਰਾਂ ਦੀ ਜਿਵੇਂ ਵਹਿਣ ਦਰਿਆਵਾਂ ਦੇ ਵਗਦੇ ਨੇ ਨੇਕੀ ਧਰਮ ਸੱਚਾਈ ਤੇ ਟਿਕਣ ਵਾਲੇ ਤਾਰੇ ਬਾਣੇ ਆਕਾਸ਼ ਤੇ ਜਗਦੇ ਨੇ ਮਰਦੇ ਨਹੀਂ ਉਹ ਜੂੰਦੇ ਨੇ ਖਾਲਸਾ ਜੀ ਮੇਲੇ ਉਹਨਾਂ ਦੀ ਯਾਦ ਵਿੱਚ ਲੱਗਦੇ ਨੇ ਸਤਿਕਾਰਯੋਗ ਬਾਬਾ ਜੀ ਜਾਣੀ ਜਾਣ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਆਪਣੇ ਆਉਣ ਵਾਲੇ ਸਮੇਂ ਨੂੰ ਜਾਣ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਇੱਕ ਅਰਦਾਸ ਬੇਨਤੀ ਜੋਦੜੀ ਕਰਦੇ ਨੇ ਕਵੀ ਸ਼੍ਰੀ ਜਥਾ ਕਵਿਤਾ ਵਿੱਚ ਬਿਨੈ ਕਰਦਾ ਹੈ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੋ ਜੀ ਦੇਵੋ ਪਾਤਸ਼ਾਹ ਦਦਾਰੇ ਦੇਵੋ ਪਾਤਸ਼ਾਹ ਦਦਾਰੇ ਰੂਦਰਸ ਤੇਰਾ ਲੋੜੇ ਸੱਚ ਖੰਡ ਦੇ ਤਿਆਰੇ ਇਸ ਜਗਤ ਸਰਾਂ ਚੋਂ ਸਾਡੀ ਜਾਣ ਦੀ ਤਿਆਰੀ ਇਸ ਜਗਤ ਸਰਾਂ ਚੋਂ ਸਾਡੀ ਜਾਣ ਦੀ ਤਿਆਰੀ ਛੇਤੀ ਛੇਤੀ ਚੱਲ ਆਵੀਂ ਗੁਰੂ ਪਾਰ ਉਪਕਾਰੀ ਛੇਤੀ ਛੇਤੀ ਚੱਲ ਆਵੀਂ ਗੁਰੂ ਪਾਰ ਉਪਕਾਰੀ ਸ਼ਿੰਗਾਰ ਜੋ ਹੈ ਦਲਾਂ ਦਾ ਸ਼ਿੰਗਾਰ ਚਾੜਿਆ ਵੀ ਉੱਤੇ ਕੋੜੇ ਦੇਵੋ ਪਾਤਸ਼ਾਹ ਦਿਦਾਰੇ ਦੇਵੋ ਪਾਤਸ਼ਾਹ ਦਿਦਾਰੇ ਰੂਦਰਸ਼ ਤੇਰਾ ਲੋੜੇ ਸੱਚ ਖੰਡ ਦੇ ਤਿਆਰੇ ਬਸ ਕੁਝ ਕ ਪਲਾਂ ਦੀ ਜ਼ਿੰਦਗੀ ਪਰਾਉਣੀ ਬਸ ਕੁਝ ਕੁ ਪਲਾਂ ਲਈ ਇਹ ਹੈ ਜ਼ਿੰਦਗੀ ਪਰਾਉਣੀ ਜੋ ਵੀ ਜ਼ਿੰਦਗੀ ਚ ਹੋਈ ਅਸਾਂ ਭੁੱਲ ਬਖਸ਼ਾਉਣੀ ਜੋ ਵੀ ਜ਼ਿੰਦਗੀ ਚ ਹੋਈ ਅਸਾਂ ਭੁੱਲ ਬਖਸ਼ਾਉਣੀ ਗੁਰੂ ਹੋ ਕੇ ਮਿਹਰਬਾਨਾ ਮਿਹਰਬਾਨਾ ਮੁਖਾ ਇਧਰ ਨੂੰ ਮੋੜੇ ਦੇਵੋ ਪਾਤਸ਼ਾਹ ਦਿਦਾਰੇ
देवो पातशाह दीदारे रुदर्श तेरा लोड़े सच खंड दे त्यारे जे मैं मछली पानी तो बिना जीवन न पावे जे मैं मछली पानी तो बिना जीवन न पावे जिंद दर्श दी प्यासी मन मिलने नू चावे जिंद दर्श दी प्यासी मन मिलने नू चावे ए पाले जुगा वांगू लगे जुगा वांगू लगे पाले जुगा वांगू लगे काद गुरु सच्चा बोड़े देव पातशाह दीदारे देवो पातशाह दीदारे रुदर्श तेरा लोड़े सच खंड दे त्यारे समा मौत दा नेड़े तोरे सखना न जावा मान वारियां दा तोड़े देओ पातशाह दीदारे देओ पातशाह दीदारे रुदर्श तेरा लोड़े सच खंड दे त्यारे खुदा मंजूर करता है दुआ जब दिल से होती है मुश्किल तो जे है जे बड़ी मुश्किल से होती है ए हकीकत है सच्चे दिल दी हूक प्रेम दी तार सतगुरां दे हिरदे नूं जा टुंबिया मीरी पीरी दे मालक छेवें पातशाह साहब सतगुरु श्री गुरु हरगोबिंद साहब जी महाराज हरगोबिंदपुरे तों घोड़े ते सवार हो के सिखां नूं नाल लेके बाबा जी नूं मिलन वास्ते तैयार होए मेरे हजूर मंजलां नूं तय करदे होए रमदास दी धरती ते पहुँचे इत्थे सत्कारयोग बाबा जी पलंगे ते लेटे हुए सन जिस वेले सतगुरां ने जाके सत करतार दा नारा मारिया बाबा जी उठ के बैठन लगे फरीद साहब लिखते हैं इन्नी निक्की जंगीए थल डूंगर भवी ओम अज फरीदे कूजड़ा सह कोहां थी ओम ए बुढ़ेपे की निशानी है मेरे हजूर नेड़े होए बाबा जी दे कोल जाके कहिंदे ने बाबा जी असी आ गए हाँ कोई सिख्या दिओ बाबा जी निम्रता दे नाल हथ जोड़ के कहिंदे ने सतगुरु तुसी सूरज हो मैं किरण हाँ फिर सतगुरां ने प्यार दे नाल आखिया बाबा जी तुसी श्री गुरु नानक देव जी तो लैके पंचम पातशाह तक खुले दर्शन दीदारे कीते ने सानू वड्डे गुरुआं दा इतिहास सुनाओ बाबा जी ने बड़े प्यार दे नाल ए साखियां सुनाउणियां आरंभ कीतियां समा बीतदा गया अज अमृत वेले सतगुरां ने श्री जपजी साहब का पाठ उच्ची आवाज विच कीता इन्हां चिरां नू सचखंड चो बिमान आए ए पवित्र आत्मा पांच भूतक शरीर त्यागन लगी गुरु जी ने बाबा जी का सीस अपने गोडे ते रखिया होया सी कदे कदे नेत्र बंद हुंदे ने कदे कदे खुलदे ने स्याणे कहिंदे ने कि जिस वेले दीवा बुझण लगता है उस वेले जाति लोह करदा है इसे तरह ही बाबा जी ने नेत्र खोले सतगुरां दे नेत्रां विच नेत्र पाए थर थरों दे बुलां दे नाल हथ जोड़ के खेमा मंगी 16 नवंबर 1631 ईस्वी नूं गुरु चरणा दे भौरे सत्कारयोग ब्रह्म ज्ञानी बाबा बुढ़ा साहब जी सचखंड नूं किवें प्याना कीते कवि श्री यथा कविता विच बिने कर रहा है रणजीत सिंह मखण मंडी साथी भुपिंदर सिंह ते जोगिंदर सिंह बिने हे इउं करदे ने करके दर्श गुरां दे रू सचखंड मारगी उडारी मोड़ मोड़ लब्बनी नहीं सिख संगता नू हसती प्यारी कीती अरदास बाबा जी
ਸ਼ਾਦੀਆਂ ਆਣ ਕੇ ਦੀਦਾਰੇ ਕੀਤੀ ਅਰਦਾਸ ਬਾਬਾ ਜੀ ਦਿਓ ਪਾਤਸ਼ਾਹ ਜੀ ਆਣ ਕੇ ਦੀਦਾਰੇ ਪਹੁੰਚੇ ਮਾਰੇ ਮੰਜ਼ਲਾਂ ਨੂੰ ਮੇਰੀ ਪੀਰੀ ਦੇ ਸੀ ਮਾਲਕ ਪਿਆਰੇ ਪਹੁੰਚੇ ਮਾਰ ਮੰਜ਼ਲਾਂ ਮੇਰੀ ਪੀਰੀ ਦੇਸੀ ਮਾਲਕ ਪਿਆਰੇ ਪਾਲੰਗੇ ਤੇ ਲੇਟੇ ਹੋਏ ਸੀ ਬਾਬਾ ਬੁੱਢਾ ਸਾਹਿਬ ਪਾਰੀ ਉਪਕਾਰੀ ਕਰਕੇ ਦਰਸ਼ ਗੁਰਾਂ ਦੇ ਰੂਹ ਸੱਚ ਖੰਡ ਮਾਰਗੀ ਉਡਾਰੀ ਮੁੜ ਲੱਭਣੀ ਨਹੀਂ ਸਿੱਖ ਸੰਗਤਾਂ ਨੂੰ ਹੱਸਤੀ ਪਿਆਰੀ ਸਤ ਕਰਤਾਰੇ ਆਖ ਕੇ ਹੱਥ ਮੁਖ ਉੱਤੇ ਫੇਰਿਆ ਹਜ਼ੂਰ ਨੇ ਸਤ ਕਰਤਾਰੇ ਆਖ ਕੇ ਹੱਥ ਮੁਖ ਉੱਤੇ ਫੇਰਿਆ ਮਨ ਮੋਲਿਆ ਸੀ ਸ਼ੈਨ ਸ਼ਾਰੇ ਨੂਰ ਨੇ ਨੇਤਰ ਖੁੱਲੇ ਤਾਂ ਤੱਕ ਦੇ ਮਨ ਮੋਲਿਆ ਸੀ ਪਾਤਸ਼ਾਹ ਦੇ ਨੂਰ ਨੇ ਹੱਥ ਜੋੜਾ ਕੀਤੀ ਬੇਨਤੀ ਸੇਵਾ ਕਰੋ ਪੁਰਮਾਨ ਹਮਾਰੀ ਕਰਕੇ ਦਰਸ਼ ਗੁਰਾਂ ਦੇ ਰੂਹ ਸੱਚ ਖੰਡ ਮਾਰਗੀ ਉਡਾਰੀ ਮੁੜ ਲੱਭਣੀ ਨਹੀਂ ਸਿੱਖ ਸੰਗਤਾਂ ਨੂੰ ਹੱਸਤੀ ਪਿਆਰੀ ਜਪ ਜੀ ਦਾ ਪਾਠ ਕਰਕੇ ਫੇਰ ਕੀਤੀ ਅਰਦਾਸ ਸਿੱਖਾਂ ਰਲ ਕੇ ਜਪ ਜੀ ਦਾ ਪਾਠ ਕਰਕੇ ਫੇਰ ਕੀਤੀ ਅਰਦਾਸ ਸਿੱਖਾਂ ਰਲ ਕੇ ਖੜਨ ਲਈ ਪਵਿੱਤਰ ਆਤਮਾ ਸੱਚ ਖੰਡ ਚੋਂ ਬਿਬਾਣ ਆਏ ਚੱਲ ਕੇ ਖੜਨ ਲਈ ਪਵਿੱਤਰ ਆਤਮਾ ਸੱਚ ਖੰਡ ਚੋਂ ਬਿਬਾਣ ਆਏ ਚੱਲ ਕੇ ਜੋਤੀ ਸੰਗਾ ਜੋਤ ਮਿਲ ਗਈ ਮੁੜ ਲੱਭਣੀ ਨਾ ਹੱਸਤੀ ਪਿਆਰੀ ਕਰਕੇ ਦਰਸ਼ ਗੁਰਾਂ ਦੇ ਰੂਹ ਸੱਚ ਖੰਡ ਮਾਰਗੀ ਉਡਾਰੀ ਮੁੜ ਲੱਭਣੀ ਨਹੀਂ ਸਿੱਖ ਸੰਗਤਾਂ ਨੂੰ ਹੱਸਤੀ ਪਿਆਰੀ ਸੰਗਤਾਂ ਵਰਾਗ ਵਿੱਚ ਸੀ ਹੰਝੂ ਗੁਰਾਂ ਦੇ ਵੀ ਅੱਖੀਆਂ ਚੋਂ ਡੁੱਲਦੇ ਸੰਗਤਾਂ ਵਰਾਗ ਵਿੱਚ ਸੀ ਹੰਝੂ ਗੁਰਾਂ ਦੇ ਵੀ ਅੱਖੀਆਂ ਚੋਂ ਡੁੱਲਦੇ ਕੀਤੇ ਕਾਰਨਾਮੇ ਬਾਬਾ ਜੀ ਨਾਹੀਂ ਗੋਰੇ ਇਤਿਹਾਸ ਵਿੱਚੋਂ ਭੁੱਲ ਦੇ ਕੀਤੇ ਕਾਰਨਾਮੇ ਬਾਬਾ ਜੀ ਨਾਹੀਂ ਗੋਰੇ ਇਤਿਹਾਸ ਵਿੱਚੋਂ ਭੁੱਲ ਦੇ ਸੇਵਾ ਕਰ ਗੁਰੂ ਘਰ ਦੀ ਜਿੰਨਾ ਉਮਰ ਬਤਾਈ ਸਾਰੀ ਕਰਕੇ ਦਰਸ਼ ਗੁਰਾਂ ਦੇ ਰੂਹ ਸੱਚ ਖੰਡ ਮਾਰਗੀ ਉਡਾਰੀ ਮੁੜ ਲੱਭਣੀ ਨਹੀਂ ਸਿੱਖ ਸੰਗਤਾਂ ਨੂੰ ਹੱਸਤੀ ਪਿਆਰੀ ਚੰਦਨ ਦੀ ਚਿਖਾ ਚਿਣ ਕੇ
ਫਿਰ ਸਤ ਗੁਰਾਂ ਰਾਗਣੀ ਵਿਖਾਈ ਚੰਦਨ ਦੀ ਚਿਖਾ ਚਿਣ ਕੇ ਫਿਰ ਸਤ ਗੁਰਾਂ ਰਾਗਣੀ ਵਿਖਾਈ ਕਰੇ ਵਿਰਲਾਪ ਕੋਈ ਨਾ ਨਾਮ ਜਪਣਾ ਏ ਸਾਰਿਆਂ ਨੇ ਪਾਈ ਕਰੇ ਵਿਰਲਾਪ ਕੋਈ ਨਾ ਨਾਮ ਜਪਣਾ ਏ ਸਾਰਿਆਂ ਨੇ ਪਾਈ ਸੇਧ ਦੱਸ ਦੀ ਜਿਉਣ ਦੀ ਦੱਸ ਦੀ ਜਿਉਣ ਦੀ ਬਾਬਾ ਬੁੱਢਾ ਦੀ ਕਰਨੀ ਨਿਆਰੀ ਕਰਕੇ ਦਰਸ਼ ਗੁਰਾਂ ਦੇ ਦਰਸ਼ ਗੁਰਾਂ ਦੇ ਰੂਹ ਸੱਚਖੰਡ ਮਾਰਗੀ ਉਡਾਰੀ ਮੁੜ ਮੁੜ ਲੱਭਣੀ ਨਹੀਂ ਸਿੱਖ ਸੰਗਤਾਂ ਨੂੰ ਹੱਸਤੀ ਪਿਆਰੀ ਤਿੱਖੀ ਜੋ ਖੰਡੇ ਦੀ ਧਾਰ ਤੋਂ ਬਾਬੇ ਸਿੱਖੀ ਵਿੱਚ ਜੀਵਨ ਬਤਾਇਆ ਤਿੱਖੀ ਜੋ ਖੰਡੇ ਦੀ ਧਾਰ ਤੋਂ ਬਾਬੇ ਸਿੱਖੀ ਵਿੱਚ ਜੀਵਨ ਬਤਾਇਆ ਮੂਰਤ ਪਿਆਰ ਵਾਲੀ ਨੇ ਅੱਠਾਂ ਗੁਰੂਆਂ ਦਾ ਦਰਸ਼ਨ ਪਾਇਆ ਮੂਰਤ ਪਿਆਰ ਵਾਲੀ ਨੇ ਅੱਠਾਂ ਗੁਰੂਆਂ ਦਾ ਦਰਸ਼ਨ ਪਾਇਆ ਰਾਮਦਾਸ ਜਾਦ ਬਾਬਾ ਦੀ ਰਾਮਦਾਸ ਜਾਦ ਬਾਬੇ ਦੀ ਜੋਤ ਲੱਗਦੀ ਸਰਾਧਾਂ ਵਾਲੀ ਪਾਰੀ ਕਰਕੇ ਦਰਸ਼ ਗੁਰਾਂ ਦੇ ਦਰਸ਼ ਗੁਰਾਂ ਦੇ ਸੱਚਖੰਡ ਮਾਰਗੀ ਉਡਾਰੀ ਮੁੜ ਮੁੜ ਲੱਭਣੀ ਨਹੀਂ ਸਿੱਖ ਸੰਗਤਾਂ ਨੂੰ ਹੱਸਤੀ ਪਿਆਰੀ ਸਿੱਖ ਸੰਗਤਾਂ ਨੂੰ ਹੱਸਤੀ ਪਿਆਰੀ ਸਿੱਖ ਸੰਗਤਾਂ ਨੂੰ ਹੱਸਤੀ ਪਿਆਰੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ 125 ਸਾਲਾਂ ਦੀ ਉਮਰ ਵਿੱਚੋਂ 113 ਸਾਲ ਗੁਰੂ ਘਰ ਦੀ ਸੇਵਾ ਵਿੱਚ ਗੁਜ਼ਾਰੇ ਕਦੇ ਵੀ ਮਨ ਵਿੱਚ ਹੰਕਾਰ ਨਹੀਂ ਆਇਆ ਨਿਮਰਤਾ ਹਲੇਮੀ ਧੀਰਜ ਦੀ ਸਿੱਖਿਆ ਬਾਬਾ ਜੀ ਦੇ ਜੀਵਨ ਤੋਂ ਸਾਨੂੰ ਮਿਲਦੀ ਆ ਅੰਤ ਵਿੱਚ ਪਿਆਰ ਦਾ ਸਬੂਤ ਦਿੰਦੇ ਹੋਏ ਕਵੀਸ਼ਰ ਰਣਜੀਤ ਸਿੰਘ ਅੰਮ੍ਰਿਤਸਰ ਵਾਲੇ ਸਾਥੀ ਭੁਪਿੰਦਰ ਸਿੰਘ ਤੇ ਜੋਗਿੰਦਰ ਸਿੰਘ ਦਦੇਰ ਸਾਹਿਬ ਵਾਲਿਆਂ ਨੂੰ ਫਤਿਹ ਬੁਲਾਓ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ